ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਦਾ ਬਲਬੀਰ ਸਟੋਰ, ਪੋਸਟ ਆਫਿਸ ਚੌਂਕ, ਮਾਡਲ ਟਾਊਨ, ਲੁਧਿਆਣਾ। ਅੱਜ ਜਿਹੜੇ ਆਰਟੀਕਲ ਤੁਹਾਨੂੰ ਦਿਖਾ ਰਹੇ ਹਾਂ ਜੀ, ਡੰਮੀ 'ਤੇ ਦੇਖੋ ਜਿਹੜਾ ਲੱਗਿਆ ਪਹਿਲੇ, ਸੱਤਿਆ ਪੋਲ ਸਟਾਈਲ ਦਾ ਲਹਿੰਗਾ, ਇੱਦਾਂ ਦੇ ਆਰਟੀਕਲ ਤੁਹਾਨੂੰ ਸ਼ੋਅ ਕਰਾਂਗੇ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ, ਠੀਕ ਹੈ ਨਾ। ਵਰਲਡ ਵਾਈਡ ਆਪਣੀ ਸ਼ਿਪਿੰਗ ਹੈ, ਕੋਈ ਦਿੱਕਤ ਨਹੀਂ DHL ਤੋਂ, ਐਨੀ ਕੰਟਰੀ ਹੋਵੇ। 4-5 ਦਿਨ ਦਾ ਪ੍ਰੋਸੈਸ ਹੁੰਦਾ ਵਾ, ਜਿੱਥੇ ਮਰਜ਼ੀ ਡਿਲੀਵਰ ਕਰਵਾ ਸਕਦੇ ਹੋ, ਠੀਕ ਹੈ ਜੀ। ਅਤੇ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਹੋ, ਲਾਈਕ ਕਰੋ ਅਤੇ ਗਿਫਟ ਲਓ, ਠੀਕ ਹੈ ਜੀ। ਅਤੇ ਇੱਕ ਵਾਰੀ ਸ਼ੁਰੂ ਕਰਨ ਤੋਂ ਪਹਿਲੇ ਨਾ, ਸਾਡੇ ਵਟਸਐਪ ਨੰਬਰ ਨੋਟ ਕਰ ਲਓ, ਉਹ ਬਹੁਤ ਜ਼ਰੂਰੀ ਹੈਗੇ ਨੇ। ਜਿਹੜੇ ਨੰਬਰਾਂ 'ਤੇ ਮਤਲਬ ਤੁਸੀਂ ਸਕਰੀਨਸ਼ੋਟ ਜਿਹੜਾ ਲਉਂਗੇ ਇਹਦੇ 'ਚੋਂ, ਜਿਹੜਾ ਵੀ ਆਰਟੀਕਲ ਤੁਹਾਨੂੰ ਪਸੰਦ ਆਏਗਾ ਨਾ, ਉਹਦਾ ਸਕਰੀਨਸ਼ੋਟ ਲੈ ਲੈਣਾ। ਆਹ ਨੰਬਰਾਂ 'ਤੇ ਸ਼ੇਅਰ ਕਰਕੇ, ਮੈਸੇਜ ਕਰਕੇ ਆਪਣਾ ਤੁਸੀਂ ਆਰਟੀਕਲ ਬੁੱਕ ਕਰਵਾ ਸਕਦੇ ਹੋ, ਠੀਕ ਹੈ ਜੀ। ਵੀਡੀਓ ਕਾਲ ਦੀ ਅਪਾਇੰਟਮੈਂਟ ਲੈਣੀ, ਆਹ ਨੰਬਰ 'ਤੇ ਵੀ ਲੈ ਸਕਦੇ ਤੁਸੀਂ। ਓਕੇ ਜੀ, ਲਓ ਜੀ, ਅੱਜ ਤੋਂ ਲਾਈਵ ਸ਼ੁਰੂ ਕਰ ਰਹੇ ਜੀ। ਆਈਟਮ ਨੰਬਰ 1 ਤੋਂ ਬਿਊਟੀਫੁਲ ਬਲੈਕ ਪੈਪਲਮ ਸਟਾਈਲ ਦਾ, ਕੱਟ ਸਟਾਈਲ ਦਾ ਨਾ ਪਲਾਜ਼ੋ ਸੂਟ ਆਇਆ। ਸ਼ੋਰਟ ਪੈਪਲਮ ਹੈਗੀ ਪਿਓਰ ਜੋਰਜਟ ਦੀ, ਬਲੈਕ ਇੰਟੂ ਸਿਲਵਰ ਦਾ ਕੋਂਬੀਨੇਸ਼ਨ ਹੈਗਾ। ਆ ਇਹਦਾ ਉੱਪਰ ਬਣਿਆ ਫੁੱਲ ਬਾਜ਼ੂ ਦੇ ਨਾਲ, ਸਾਰਾ ਗੋਟਾ ਪੱਟੀ ਦਾ ਵਰਕ ਹੈ, ਨੀਜ਼ ਕੱਚੇ ਗੋਟੇ ਦਾ ਕੰਮ ਹੋਏਗਾ। ਪਿਓਰ ਜੋਰਜਟ ਦੇ ਉੱਪਰ ਫੁੱਲ ਸਲੀਵਸ ਹੈਗੇ ਨੇ, ਆਹ ਦੇਖੋ, ਨੀਡ ਐਂਡ ਗ੍ਰੀਨ ਵਰਕ ਹੋਏਗਾ ਸਾਰਾ, ਟੋਟਲ ਗਰਲੀ ਸ਼ੋਰਟ ਡਿਜ਼ਾਈਨਰ। ਪੂਰਾ ਯੋਕ ਮਿਲੇਗਾ, ਫਰੰਟ ਦਾ ਵੀ ਨੈਕ ਆਏਗਾ, ਯੋਕ ਤੇ ਪੂਰਾ ਜਾਲ ਹੈ ਜੋਰਜਟ ਬਲੈਕ ਨਾ, ਪਿਓਰ ਜੋਰਜਟ ਦੇ ਉੱਪਰ ਬਲੈਕ ਕਲਰ ਦਾ ਇਹ ਕੰਸੈਪਟ ਹੈਗਾ। ਸੈਂਟਰ ਕੱਟ ਆਏਗਾ, ਇਹਦੇ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ ਹਲਕਾ ਜਿਹਾ, ਅਤੇ ਨੀਚੇ ਬਾਰਡਰ 'ਤੇ ਵੀ ਵਰਕੇਗਾ ਪੂਰੇ ਫਲੇਅਰ 'ਤੇ। ਸ਼ੋਰਟ ਪੈਪਲਮ ਹੈਗੀ ਹੈ, ਨਾਲ ਇਹਦੇ ਆਏਗਾ ਕਲੀਆਂ ਵਾਲਾ ਸ਼ਰਾਰਾ ਜਾਫਾ, ਇਹ ਫੁੱਲ ਫਲੇਅਰ ਵਾਲਾ ਸ਼ਰਾਰਾ ਜੀ, ਸ਼ੋਰਟ ਸ਼ਰਟ ਦੇ ਨਾਲ ਨਾ। ਆ ਲਓ, ਆ ਗਈ ਇਹਦੀ ਬੈਕ, ਬੈਕ ਵੀ ਸੇਮ ਬਣੀ ਹੈ, ਬੈਕ ਯੋਕ 'ਤੇ ਵੀ ਵਰਕ ਹੈ, ਬੈਕ ਬਾਰਡਰ ਵੀ ਬਣਿਆ। ਇਹ ਪ੍ਰੋਪਰ ਗਰਲੀ ਸ਼ੋਰਟ ਡਿਜ਼ਾਈਨਰ ਨੇ ਜੀ, ਲਾਈਟ ਵੇਟ ਵੀ ਹੈ, ਡਿਫਰੈਂਟ ਵੀ ਹੈ, ਡਿਜ਼ਾਈਨਰ ਵੀ ਹੈ। ਲਓ ਜੀ, ਨਾਲ ਦੁਪੱਟਾ ਜਿਹੜਾ ਆਏਗਾ ਪਿੰਕ ਕਲਰ ਦਾ ਹੈਗਾ ਜੀ, ਕੰਟਰਾਸਟ। ਆ ਲਓ, ਆਏਗਾ ਇਹਦਾ ਦੁਪੱਟਾ, ਦੁਪੱਟਾ ਆਏਗਾ ਨੈੱਟ ਦਾ, ਬੇਬੀ ਪਿੰਕ ਕਲਰ ਦਾ, ਚਾਰੇ ਪਾਸੇ ਪੇਪਿੰਗ ਪਾਈਪਿੰਗ ਮਿਲੇਗੀ ਤੁਹਾਨੂੰ, ਅਤੇ ਹਲਕੀ ਹਲਕੀ ਬੂਟੀ ਆਏਗੀ ਦੁਪੱਟੇ ਦੇ ਵਿੱਚ। ਆਹ ਲੋਕ ਆਣੀ ਹੈ ਜੀ, ਸ਼ਰਟ ਸੈਂਟਰ ਕੱਟ ਦੇ ਨਾਲ ਪਲਾਜ਼ੋ ਸ਼ਰਾਰਾ, ਫੈਬਰਿਕ ਹੈਗਾ ਜੋਰਜਟ, ਅਤੇ ਕਲਰ ਆਏਗਾ ਜੈੱਟ ਬਲੈਕ ਜੀ, ਕੰਮ ਜਿਹੜਾ ਹੈਗਾ ਗੋਟਾ ਪੱਟੀ ਦਾ। ਆਈਟਮ ਨੰਬਰ ਹੈਗੀ ਹੈ 1, ਅਤੇ ਰੇਟ ਆ ਗਿਆ 10,080, 10,080 ਆਈਟਮ ਨੰਬਰ 1 ਹੈ ਜੀ। ਲਓ ਜੀ, ਨੈਕਸਟ ਆਰਟੀਕਲ ਵੀ ਪ੍ਰੋਪਰ, ਮਤਲਬ ਜਾਗੋ ਜਾਂ ਆਪਣਾ ਹਲਦੀ ਮਹਿੰਦੀ ਕਿਸੇ ਵੀ ਫੰਕਸ਼ਨ 'ਤੇ ਪਾ ਲਓ, ਸਟੇਟ ਸ਼ਰਟ ਦੇ ਨਾਲ ਹੈਵੀ ਲੁੱਕ ਇਹਦਾ, ਸ਼ਰਾਰਾ ਕਰਾਰਾ ਆਏਗਾ ਨਾਲ ਇਹਦੇ। ਡੀਪ ਬੋਟਲ ਗ੍ਰੀਨ ਹੈ ਫੈਬਰਿਕ, ਪਿਓਰ ਜੋਰਜਟ ਹੈ, ਕੰਟਰਾਸਟ ਜਿਹੜਾ ਆਏਗਾ ਮਜੈਂਟਾ ਦਾ, ਫੁੱਲ ਜੁਵਲਰੀ ਵਰਕ ਹੈ, ਮਿਰਰ ਦਾ ਸੋਲਿਡ ਨੈਕ ਬਣਿਆ ਪੂਰਾ ਹੈਵੀ, ਫੁੱਲ ਬਾਜ਼ੂ ਆਣਗੇ, ਸੇਮ ਜੁਵਲਰੀ ਵਰਕ 'ਤੇ ਬੋਰਡਰ ਕੰਟਰਾਸਟ ਆਏਗਾ, ਪੂਰੇ ਬਾਜ਼ੂ 'ਤੇ ਵਰਕ ਹੈ, ਹੈਂਡ ਮਿਰਰ ਔਰ ਦਬਕੇ ਦਾ। ਲਓ ਜੀ, ਆਹ ਦੇਖੋ, ਇਸ ਤਰ੍ਹਾਂ ਪੂਰੀ ਫਰੰਟ ਸਕੈਟਿਡ ਦਾ ਜਾਲ ਆ ਗਿਆ, ਆਲ ਓਵਰ ਨੀਚੇ ਬੋਰਡਰ ਸੋਲਿਡ ਆ ਗਿਆ, ਵਿਦ ਲੇਸਿਸ ਦੀ ਫਿਨਿਸ਼ਿੰਗ ਆਏਗੀ ਪ੍ਰੋਪਰ, ਠੀਕ ਹੈ ਜੀ। ਆ ਲਓ, ਆਹ ਦੇਖੋ ਨਾ, ਨੇੜੇ ਕਰਕੇ ਤੁਹਾਨੂੰ ਸ਼ੋਅ ਕਰਦੇ ਆ, ਰੀਅਲ ਮਿਰਰ ਦਾ ਕੰਮ ਹੈ ਜੀ, ਸਾਰਾ ਜੁਵਲਰੀ ਵਰਕ ਹੈਗਾ ਟੋਟਲ, ਨੀਡ ਐਂਡ ਗ੍ਰੀਨ, ਡੀਪ ਬੋਟਲ ਗ੍ਰੀਨ ਹੈਗਾ, ਡਾਰਕ ਮੂੰਗੀਆ ਗ੍ਰੀਨ, ਨੀਚੇ ਗਰਾਰਾ ਜਿਹੜਾ ਉਹ ਵੀ ਫੁੱਲ ਫਲੇਅਰ ਵਾਲਾ, ਉੱਪਰੋਂ ਫਿਟਿੰਗ ਨੀਚੇ ਪੂਰਾ ਫਲੇਅਰ ਹੋਏਗਾ, ਕੰਟਰਾਸਟ ਬੋਰਡਰ ਦੀ ਫਿਨਿਸ਼ਿੰਗ ਵਿਦ ਸਿਕੁਐਂਸ ਦਾ ਇਸ ਤਰ੍ਹਾਂ ਜਾਲ ਮਿਲੇਗਾ ਜੀ ਪੂਰੇ ਫਲੇਅਰ ਦੇ ਉੱਪਰ। ਲੁੱਕ ਹੈਵੀ ਹੈ ਪਰ ਵੇਟ ਨਹੀਂ ਹੈ, ਇਹ ਟ੍ਰੈਡੀਸ਼ਨਲ ਪਲੱਸ ਡਿਜ਼ਾਈਨਰ ਆਣਗੇ। ਬੈਕ ਵੀ ਬਹੁਤ ਸੋਹਣੀ ਬਣੀ ਹੈ, ਆਹ ਦੇਖੋ, ਬੈਕ ਦਾ ਨੈਕ ਦੇਖੋ ਡੀਪ ਆਏਗਾ, ਬੈਕ ਨੈਕ 'ਤੇ ਵੀ ਪੂਰਾ ਸੋਲਿਡ ਵਰਕ ਹੈ, ਹੈਂਡ ਵਰਕ ਦਾ, ਨਾਲ ਬੈਕ ਬਾਰਡਰ ਵੀ ਬਣਿਆ। ਆ ਲਓ ਕਾੜੀ ਜੀ, ਸੁਪਰ ਜੀ, ਲੁੱਕ ਹੈਵੀ ਹੈ ਪਰ ਵੇਟ ਨਹੀਂ ਹੈਗਾ, ਨਾਲ ਕੰਟਰਾਸਟ ਜਿਹੜਾ ਬਾਰਡਰ ਹੈ ਨਾ ਦੁਪੱਟੇ ਦਾ, ਚਾਰੇ ਪਾਸੇ ਬਾਰਡਰ ਆਏਗਾ ਤੁਹਾਨੂੰ, ਪਿਓਰ ਜੋਰਜਟ ਦੁਪੱਟਾ ਹੈ। ਆਹ ਦੇਖੋ, ਇਸ ਤਰ੍ਹਾਂ ਹੀ ਫਿਨਿਸ਼ਿੰਗ ਮਿਲੇਗੀ ਦੁਪੱਟੇ ਦੀ ਵੀ, ਨਾਲ ਲਾਈਨਾਂ ਵਾਲਾ ਨਾ ਸਿਕਵਨ ਦਾ ਜਾਲ ਆਏਗਾ ਪ੍ਰੋਪਰ, ਮਤਲਬ ਕਹਿੰਦੇ ਨਾ ਸਟ੍ਰਾਈਪਸ ਵਾਲੀ ਲਾਈਨਿੰਗ ਹੁੰਦੀ ਹੈ, ਉਹਦਾ ਜਾਲ ਦੁਪੱਟਾ ਹੈ ਪਿਓਰ ਜੋਰਜਟ ਦਾ। ਆਹ ਲੋਕ ਆਣੀ ਹੈ ਸ਼ੋਰਟ ਸ਼ਰਟ ਦੇ ਨਾਲ ਗਰਾਰਾ, ਫੈਬਰਿਕ ਪਿਓਰ ਜੋਰਜਟ ਹੈ, ਕਲਰ ਆਏਗਾ ਡੀਪ ਬੋਟਲ ਗ੍ਰੀਨ, ਆਈਟਮ ਨੰਬਰ ਹੈਗੀ ਹੈ 2, ਅਤੇ ਰੇਟ ਆ ਗਿਆ ਜੀ 15,120, 15,120 ਆਈਟਮ ਨੰਬਰ 2 ਹੈ। ਲਓ ਜੀ, ਮਸਟਰਡ ਯੈਲੋ, ਸੁਪਰ ਪਿਓਰ ਰੋਸਲਿਕ ਦਾ ਕੰਸੈਪਟ ਹੈ ਜੀ ਇਹ ਸਾਰਾ, ਨੀਡ ਪਿੱਟਾ ਵਰਕ ਐਂਡ ਸਟੋਨ ਵਰਕ, ਪੂਰੇ ਨੈੱਟ ਦੇ ਉੱਪਰ ਜਾਲ ਮਿਲੇਗਾ ਸਲੀਵ 'ਤੇ ਨਾ, ਹੈਂਡ ਵਰਕ ਦਾ, ਇਹ ਸਾਰਾ ਹੈਂਡ ਵਰਕ ਹੈਗਾ ਫੁੱਲ ਬਾਜ਼ੂ ਦੇ ਉੱਪਰ। ਇਸ ਤਰ੍ਹਾਂ ਹੀ ਨੈੱਕ ਬਣੇਗਾ, ਸਕੈਲਪਿੰਗ ਦੇ ਵਿੱਚ ਹਲਕਾ ਹਲਕਾ ਕੱਟ ਵਰਕ ਕੀਤਾ, ਅਤੇ ਵਰਕ ਹੋਇਆ ਹੈਂਡ ਦਾ, ਇਹਦੇ ਵਿੱਚ ਵੀ ਸਕੈਟਿਡ ਆਣਗੇ, ਮਤਲਬ ਥੋੜ੍ਹੇ ਦੂਰ ਦੂਰ ਹੈ, ਪ੍ਰੋਪਰ ਜਾਲ ਟਾਈਪ ਨਹੀਂ ਹੈ, ਆਲ ਓਵਰ ਬੂਟੀ ਆਏਗੀ ਸ਼ਰਟ 'ਤੇ, ਘੇਰਾ ਵੀ ਸੋਲਰ ਸੋਲਿਡ ਬਣਿਆ ਜੀ, ਇਸ ਤਰ੍ਹਾਂ ਹੀ ਸੇਮ ਵਰਕ ਦਾ ਘੇਰਾ ਬਣਿਆ ਕੱਟ ਵਰਕ ਦੇ ਵਿੱਚ ਹੀ, ਨਾਲ ਜਿਹੜਾ ਸ਼ਰਾਰਾ ਹੈਗਾ ਇਹਦਾ ਕਲੀਆਂ ਵਾਲਾ ਉਹ ਵੀ ਸੇਮ ਫੈਬਰਿਕ ਦਾ, ਇਹ ਰੋਸ ਸਿਲਕ ਦੇ ਉੱਪਰ ਬਣਿਆ ਪ੍ਰੋਪਰ ਮਸਟਰਡ ਗੋਲਡ, ਫੁੱਲ ਕਲੀਆਂ ਵਾਲਾ ਕੰਸੈਪਟ ਹੈ, ਪੂਰਾ ਸ਼ਰਾਰਾ ਹੈਵੀ ਮਿਲੇਗਾ ਤੁਹਾਨੂੰ, ਆਲ ਓਵਰ ਵਰਕ ਹੈ ਜੀ ਸ਼ਰਾਰੇ ਦੇ ਵੀ। ਆਹ ਦੇਖੋ, ਫੁੱਲ ਫਲੇਅਰ ਵਾਲਾ ਹੈ ਅਤੇ ਨਾਲੇ ਫੁੱਲ ਵਰਕ ਆਏਗਾ ਆਲ ਓਵਰ, ਨੀਚੋਂ ਵੀ ਸਕੈਲਪਿੰਗ ਹੈ, ਇਹਦਾ ਵੀ ਫਲੇਅਰ ਜਿਹੜਾ ਨਾ ਸਾਰਾ ਸਕੈਲਪਿੰਗ ਹੋਏਗਾ। ਬੈਕ ਆਏਗੀ ਡੀਪ, ਬੈਕ 'ਤੇ ਵੀ ਨੈੱਕ ਹੈ, ਬੂਟੀ ਹੈ ਬੈਕ 'ਤੇ, ਲੁੱਕ ਹੈਵੀ ਹੈ ਪਰ ਵੇਟ ਨਹੀਂ ਹੈ, ਔਰ ਰੇਟ ਵੀ ਬੜਾ ਰੀਜ਼ਨੇਬਲ ਹੈ। ਕੰਟਰਾਸਟ ਦੇਖਣਾ ਜੀ, ਸੁਪਰ,
ਇਹ ਆਏਗਾ ਜੀ ਮੈਂਗੋ ਮਸਟਰਡ ਦੇ ਨਾਲ ਨਾ ਇਸ ਤਰ੍ਹਾਂ ਹੀ ਰਸਟ ਦਾ ਕੰਬੀਨੇਸ਼ਨ ਹੈ ਦੁਪੱਟਾ ਜਿਹੜਾ ਰਸਟ ਕਲਰ ਦਾ ਨੈਟ ਦਾ ਆ ਦੇਖੋ ਔਰੇਂਜ ਰਸਟ ਆਏਗਾ ਦੁਪੱਟੇ ਦੇ ਵਿੱਚ ਚਾਰੋਂ ਪਾਸੇ ਨਾ ਇਸ ਤਰ੍ਹਾਂ ਹੀ ਸਕੈਲਪਿੰਗ ਬਾਰਡਰ ਬਣਿਆ ਜੀ ਆਲ ਓਵਰ ਆ ਲੋ ਕਹਾਣੀ ਹੈ ਜੀ ਫੁੱਲ ਸਟੇਟ ਸ਼ਰਟ ਦੇ ਨਾਲ ਸ਼ਰਾਰਾ ਵਿਦ ਕਲੀਆਂ ਵਾਲਾ ਫੈਬਰਿਕ ਰੋ ਸਿਲਕ ਹੈ ਦੁਪੱਟਾ ਆਏਗਾ ਕੰਟਰਾਸਟ ਰਸਟ ਕਲਰ ਦਾ ਤੇ ਆਈਟਮ ਨੰਬਰ ਹੈਗੀ ਹੈ 3 ਤੇ ਰੇਟ ਆ ਗਿਆ ਜੀ 15,220 15,220 ਆਈਟਮ ਨੰਬਰ 3 ਹੈ ਜੀ ਲਓ ਜੀ ਨੈਕਸਟ ਆਰਟੀਕਲ ਹੈ ਫੁੱਲ ਐਂਡ ਡਰੈਸ ਇਹ ਸਿੰਗਲ ਪੀਸ ਆਰਟੀਕਲ ਹੈ ਜੀ ਵਿਦ ਦੁਪੱਟਾ ਫੁੱਲ ਡਮੀ ਲੁੱਕ ਦਾ ਥੋੜਾ ਜਿਹਾ ਪਿੱਛੇ ਫੁੱਲ ਡਮੀ ਲੁੱਕ ਦਾ ਕਨਸੈਪਟ ਹੈ ਜੀ ਪਿਓਰ ਜੋਰਜਟ ਦੇ ਡਾਰਕ ਫਾਲਸਾ ਪਰਪਲ ਕਲਰ ਆਏਗਾ ਫੁੱਲ ਵਲੀਆ ਕਲੀਆਂ ਵਾਲਾ ਕਨਸੈਪਟ ਹੈ ਪੂਰੇ ਯੋਕ ਤੇ ਸੀਕਵੈਂਸ ਦਾ ਜਾਲ ਮਿਲੇਗਾ ਸਲੀਵਸ ਦੀ ਆਪਸ਼ਨ ਨਾਲ ਹੈਗੀ ਹੈ ਫੁੱਲ ਬਾਜ਼ੂ ਵੀ ਲਗਾ ਲਓ ਚਾਹੇ ਹਾਫ ਲਾ ਲਓ ਤੁਹਾਡੀ ਲਾਈਕਿੰਗ ਹੈਗੀ ਹੈ ਇੱਥੋਂ ਹੀ ਵੇਸਟ ਤੋਂ ਕਲੀਆਂ ਸਟਾਰਟ ਹੋ ਜਾਣਗੀਆਂ ਪਲੇਟਾਂ ਵਾਲੀਆਂ ਨਾ ਪਲੀਟਸ ਵਾਲੀ ਕਲੀਆਂ ਨੇ ਫੁੱਲ ਕਲੀਆਂ ਦੇ ਵਿੱਚ ਬੂਟੀ ਆਏਗੀ ਜੀ ਨਾਲ ਜਾਲ ਆਏਗਾ ਜ਼ਰੀ ਐਂਡ ਪਿੱਟੇ ਦਾ ਨੀਚੇ ਸਾਰਾ ਜਿਹੜੇ ਲਾਈਨਾਂ ਦੇ ਵਿੱਚ ਸੀਕੁਐਂਸ ਔਰ ਜ਼ਰੀ ਹੈ ਔਰ ਸਕੈਲਪਿੰਗ ਬਾਰਡਰ ਹੈ ਫੁੱਲ ਫਲੇਅਰ ਹੈ ਜੀ ਵਿਦ ਕੈਨ ਫਰੰਟ ਬੈਕ ਸੇਮ ਬਣੀ ਹੈ ਲੁੱਕ ਹੈਵੀ ਹੈ ਪਰ ਵੇਟ ਨਹੀਂ ਹੈਗਾ ਬੈਕ ਵੀ ਬਹੁਤ ਸੋਹਣੀ ਬਣੀ ਹੈ ਫਰੰਟ ਔਰ ਬੈਕ ਦੋਨੋਂ ਅੱਛੀ ਬਣੀ ਹੈ ਜੀ ਬੈਕ ਡੀਪ ਆਏਗੀ ਬੈਕ ਡੋਰੀ ਲਟਕਣ ਬੈਕ ਤੇ ਆਲ ਓਵਰ ਬੂਟੀ ਤੇ ਬੈਕ ਤੇ ਵੀ ਜਾਲ ਆਏਗਾ ਬੜਾ ਅੱਛਾ ਕਲਰ ਹੈ ਜੀ ਬ੍ਰਾਈਟ ਐਂਡ ਡਾਰਕ ਕਲਰ ਆਏਗਾ ਫੁੱਲ ਲੈਂਥ ਡਰੈਸ ਹੈਗੀ ਵਿਦ ਨਰਕਲੀ ਆ ਲਓ ਜੀ ਵਿਦ ਕੈਨਕਨ ਵੀ ਥੋੜੀ ਜਿਹੀ ਐਡ ਕੀਤੀ ਹੋਈ ਹੈ ਹਲਕਾ ਜਿਹਾ ਫਲੇਅਰ ਲਈ ਨਾ ਕੈਨਕਨ ਵੀ ਨਾਲ ਹੈਗੀ ਹੈ ਸਲੀਵ ਜਿੰਨੇ ਮਰਜ਼ੀ ਲਗਵਾ ਲਓ ਬਾਜ਼ੂ ਵੀ ਜਿੰਨੇ ਮਰਜ਼ੀ ਰੱਖੋ ਕੋਈ ਦਿੱਕਤ ਨਹੀਂ ਹੈ ਆ ਲਓ ਆ ਆਏਗਾ ਦਾ ਦੁਪੱਟਾ ਦੁਪੱਟਾ ਜਿਹੜਾ ਹੈਗਾ ਨੈੱਟ ਦਾ ਚਾਰੇ ਪਾਸੇ ਐਲੀਗੈਂਟ ਬਾਰਡਰ ਹੈ ਫੁੱਲ ਲੈਂਥ ਡਰੈਸ ਵਿਦ ਦੁਪੱਟਾ ਕਲਰ ਆਏਗਾ ਪਰਪਲ ਤੇ ਫੈਬਰਿਕ ਜਿਹੜਾ ਆਏਗਾ ਪਿਓਰ ਜੋਰਜਟ ਹੈ ਜੀ ਆਈਟਮ ਨੰਬਰ ਹੈਗੀ ਹੈ 4 ਤੇ ਰੇਟ ਆ ਗਿਆ ਜੀ 11,210 11,210 ਆਈਟਮ ਨੰਬਰ 4 ਹੈ ਲਓ ਜੀ ਮੈਟ ਫਿਨਿਸ਼ ਫੁੱਲ ਐਂਡ ਡਰੈਸ ਹੈ ਜੀ ਥਰੈਡ ਵਰਕ ਦੀ ਬਿਊਟੀਫੁੱਲ ਕਲਰ ਬੇਜ ਗੋਲਡ ਕਲਰ ਆਏਗਾ ਪਿਓਰ ਜੋਰਜਟ ਦਾ ਫੁੱਲ ਕਲੀਆਂ ਵਾਲਾ ਕਨਸੈਪਟ ਹੈ ਸ਼ੋਲਡਰ ਤੋਂ ਕਲੀਆਂ ਸਟਾਰਟ ਹੋਣਗੀਆਂ ਇਹਦੀ ਸਾਰਾ ਐਂਟੀਕ ਲੁੱਕ ਦਾ ਕਨਸੈਪਟ ਹੈ ਜੀ ਪ੍ਰੋਪਰ ਮੈਟ ਫਿਨਿਸ਼ ਲੁੱਕ ਆਏਗੀ ਇਸ ਤਰ੍ਹਾਂ ਹੀ ਪੋਟਲੀ ਬਟਨ ਆਣਗੇ ਬੋਟਨੈਕ ਦੇ ਉੱਪਰ ਆਹ ਬੋਟਨੈਕ ਆਏਗਾ ਇਹਦਾ ਹਲਕਾ ਜਿਹਾ ਹੈਂਡ ਵਰਕ ਦੀ ਆਊਟਲਾਈਨਿੰਗ ਮਿਲੇਗੀ ਨਾਲ ਸਾਰਾ ਥਰੈਡ ਦਾ ਜਲਾਲ ਹੈ ਫੁੱਲ ਕਲੀਆਂ ਦੇ ਵਿੱਚ ਟੋਟਲ ਐਂਟੀਕ ਥਰੈਡ ਯੂਜ਼ ਕੀਤੇ ਨੇ ਜੀ ਮੈਟ ਫਿਨਿਸ਼ ਲੁੱਕ ਹੈ ਜੀ ਪੀਸ ਦੀ ਜਿਹੜਾ ਬੇਜ ਦੇ ਉੱਪਰ ਕੰਬੀਨੇਸ਼ਨ ਹੈ ਮਹਿੰਦੀ ਗ੍ਰੀਨ ਐਂਡ ਮੈਰੂਨ ਦਾ ਕੰਬੀਨੇਸ਼ਨ ਆਏਗਾ ਆ ਤੁਹਾਨੂੰ ਨੇੜੇ ਕਰਕੇ ਸ਼ੋ ਕਰਦੇ ਹਾਂ ਵੀ ਕਿੰਨੀ ਸੋਹਣੀ ਲੁੱਕ ਹੈਗੀ ਪੀਸ ਦੀ ਬੜਾ ਹੀ ਅੱਛਾ ਆਰਟੀਕਲ ਹੈਗਾ ਜੀ ਬੜੀ ਫਿਨਿਸ਼ਿੰਗ ਹੈ ਕੰਮ ਦੀ ਇਹਦੀ ਪੂਰੇ ਫਿਨਿਸ਼ਿੰਗ ਮਿਲੇਗੀ ਵਰਕ ਦੀ ਹਲਕੀ ਜੀ ਕੈਨਕੈਨ ਇਹਦੇ 'ਚ ਵੀ ਐਡ ਹੈ ਅਗਰ ਵਿਦਆਊਟ ਕੈਨਕੈਨ ਪਾਉਣਾ ਉਹ ਵੀ ਪਾ ਸਕਦੇ ਆ ਇਹਦੀ ਖਾਸੀਅਤ ਹੈ ਕਿ ਫਰੰਟ ਬੈਕ ਸੇਮ ਆਉਂਦੀ ਹੈ ਬੈਕ ਥੋੜ੍ਹੀ ਡੀਪ ਹੈ ਔਰ ਬੈਕ 'ਤੇ ਵੀ ਸੇਮ ਕਲੀਆਂ ਆਉਣਗੀਆਂ ਜੀ ਆ ਦੇਖੋ ਆਲ ਓਵਰ ਕਲੀਆਂ ਦੇ ਵਿੱਚ ਫਰਕ ਹੈ ਆ ਫੁੱਲ ਲੈਂਥ ਲੁੱਕ ਹੈਵੀ ਹੈ ਇਹਦੀ ਵੀ ਪਿਓਰ ਜੋਰਜਟ ਦੀ ਫੁੱਲ ਐਂਡ ਡਰੈਸ ਆਏਗੀ ਡੰਮੀ ਲੁੱਕ ਦੀ ਜੀ ਬਾਜ਼ੂ ਇਹਦੇ ਨਾਲ ਹੈਗੇ ਨੇ ਜਿੰਨੇ ਕਹੋਗੇ ਸਲੀਵਸ ਵੀ ਲੱਗ ਜਾਣਗੇ ਔਰ ਦੁਪੱਟਾ ਆਇਆ ਡਿਜ਼ਾਈਨਰ ਇਹਦਾ ਪਿਓਰ ਜੋਰਜਟ ਦਾ ਹੀ ਡਿਜ਼ਾਈਨਰ ਦੁਪੱਟਾ ਆਏਗਾ ਜੀ ਜਾਲ ਆ ਦੇਖੋ ਨਾ ਜ਼ਿਗਜ਼ੈਗ ਜਾਲ ਆਏਗਾ ਵਿਦ 4 ਸਾਈਡ ਬਾਰਡਰ ਐਂਡ ਟਸਲ ਦੀ ਨਾ ਫਿਨਿਸ਼ਿੰਗ ਆਏਗੀ ਪੱਲਿਆਂ ਪੱਲਿਆਂ ਦੀ ਸੇਮ ਰੇਸ਼ਮ ਦੇ ਟਸਲ ਰੇਸ਼ਮ ਦੇ ਟਸਲਸ ਆਣਗੇ ਆਲ ਓਵਰ ਜਾਲ ਦੁਪੱਟਾ ਹੈ ਜੀ ਬੇਜ ਗੋਲਡ ਕਲਰ ਦੀ ਫੁੱਲ ਲੈਂਥ ਡਰੈਸ ਹੈ ਵਿਦ ਦੁਪੱਟਾ ਫੈਬਰਿਕ ਜਿਹੜਾ ਆਏਗਾ ਪਿਓਰ ਜੋਰਜਟ ਹੈ ਔਰ ਕੰਮ ਜਿਹੜਾ ਹੈਗਾ ਥਰੈਡ ਦਾ ਹੈਗਾ ਜੀ ਸਾਰਾ ਇਹ ਫੁੱਲ ਲੈਂਥ ਡਰੈਸ ਹੈ ਜੀ ਆਈਟਮ ਨੰਬਰ ਆਏਗੀ ਜੀ ਇਹ 5 ਤੇ ਰੇਟ ਆਏਗਾ 24,210 24,210 ਆਈਟਮ ਨੰਬਰ 5 ਹੈ ਜੀ ਨੈਕਸਟ ਆਰਟੀਕਲ ਵੀ ਫੁੱਲ ਲੈਂਥ ਡਰੈਸ ਔਰ ਅਨਾਰਕਲੀ ਹੈ ਜੀ ਪਰ ਇਹ ਹੈ ਕੰਮ ਜਿਹੜਾ ਚਿਕਨਕਾਰੀ ਦਾ ਬਿਊਟੀਫੁੱਲ ਆਈਸ ਬਲੂ ਕਲਰ ਹੈ ਸਾਰਾ ਥਰੈਡ ਵਰਕ ਦੇ ਉੱਪਰ ਪਿਓਰ ਚਿਕਨਕਾਰੀ ਦੀ ਅਨਾਰਕਲੀ ਬਣੀ ਹੋਈ ਹੈ ਤੇ ਵਿਦਆਊਟ ਕੈਨਕੈਨ ਹੀ ਹੈ ਵੀ ਫੁੱਲ ਬਾਜ਼ੂ ਆਣਗੇ ਦੇਖੋ ਪਹਿਲੇ ਤੁਹਾਨੂੰ ਸ਼ੋ ਕਰਦਾ ਫੁੱਲ ਸਲੀਵ ਥਰੈਡ ਵਰਕ ਦੇ ਨੇ ਜੋਰਜਟ ਦੇ ਉੱਪਰ ਸਾਰਾ ਥਰੈਡ ਦਾ ਕੰਮ ਹੈ ਹਲਕੀ ਹਲਕੀ ਸ਼ਾਈਨਿੰਗ ਆਏਗੀ ਨਾਲੇ ਨੈਕ ਬਣਿਆ ਦਬਕਾ ਵਰਕ ਦਾ ਸਾਰਾ ਕੁੜਤਾ ਪੱਟੀ ਸਟਾਈਲ ਨਾ ਹਾਈ ਨੈਕ ਵਾਲਾ ਕਨਸੈਪਟ ਹੈ ਇਸ ਤਰ੍ਹਾਂ ਹੀ ਬਟਨ ਬਣੇ ਹੋਏ ਨੇ ਤੇ ਇਸ ਤਰ੍ਹਾਂ ਮਤਲਬ ਨੈਕ ਦਾ ਸਟਾਈਲ ਜਿਹੜਾ ਹੈਗਾ ਨਾ ਬਾਰਡਰ ਦੇ ਵਿੱਚ ਬਣਿਆ ਜੀ ਆ ਦੇਖੋ ਨਾ ਸੋਲਿਡ ਪੈਨਲ ਬਾਰਡਰ ਆਏਗਾ ਫੁੱਲ ਬਾਜ਼ੂ ਪੂਰਾ ਯੋਕ ਤੇ ਜਾਲ ਹੈ ਰੇਸ਼ਮ ਦਾ ਕਲੀਆਂ ਵੇਸਟ ਤੋਂ ਸਟਾਰਟ ਹੋ ਜਾਣਗੀਆਂ ਹਰ ਕਲੀਆਂ ਦੇ ਵਿੱਚ ਜਾਲ ਬਣਿਆ ਡਿਜ਼ਾਈਨਰ ਜਾਲ ਆਏਗਾ ਜੀ ਸਾਰਾ ਟੋਨ ਟੂ ਟੋਨ ਔਰ ਸੈਲਫ ਮੈਚਿੰਗ ਦੇ ਵਿੱਚ ਬਣਿਆ ਹੋਇਆ ਕਨਸੈਪਟ ਹੈ ਜੀ ਆ ਦੇਖੋ ਨਾ ਪੂਰੀ ਕਲੀਆਂ ਦੇ ਵਿੱਚ ਤੁਹਾਨੂੰ ਵਰਕ ਮਿਲੇਗਾ ਸਾਰਾ ਥਰੈਡ ਦਾ ਬਹੁਤ ਅੱਛਾ ਜੀ ਰਿਚ ਲੁੱਕ ਕਨਸੈਪਟ ਹੈਗਾ ਮੈਟ ਫਿਨਿਸ਼ ਲੁੱਕ ਦਾ ਸੋਬਰ ਜੈਂਟਲੀ ਪੀਸ ਹੈਗਾ ਆ ਗਈ ਇਹਦੀ ਬੈਕ ਫਰੰਟ ਇਹਦੀ ਵੀ ਸੇਮ ਬਣੀ ਹੈ ਜੀ ਕਿਉਂਕਿ ਚਿਕਨ ਵਾਰਕਰੀ ਦਾ ਕਨਸੈਪਟ ਹੈ ਇਹਦੇ ਵਿੱਚ ਜਿਹੜਾ ਕਲੀਆਂ ਫਰੰਟ ਔਰ ਬੈਕ ਦੀ ਸੇਮ ਆਉਂਦੀ ਹੈ ਦੁਪੱਟਾ ਆਏਗਾ ਨੈੱਟ ਦਾ ਲਾਈਟ ਵੇਟ ਸਲੀਕ ਜਾਂ ਬਾਰਡਰ ਬਣਿਆ ਅਤੇ ਆਲ ਓਵਰ ਸੀਕੁਐਂਸ ਦੀ ਨਾ ਬੂਟੀ ਆਏਗੀ ਇਹਦੇ ਵਿੱਚ ਆ ਲਓ ਕਹਾਣੀ ਹੈ ਜੀ ਫੁੱਲ ਲੈਂਥ ਡਰੈਸ ਵਿਦ ਚਿਕਨਕਾਰੀ ਵਰਕ ਫੈਬਰਿਕ ਜਿਹੜਾ ਹੈ ਪਿਓਰ ਜੋਰਜਟ ਹੈ ਕਲਰ ਜਿਹੜਾ ਆਏਗਾ ਇਹ ਆਈਸ ਬਲੂ ਹੈਗਾ ਜੀ ਲਓ ਆਈਟਮ ਨੰਬਰ ਹੈਗੀ ਹੈ ਜੀ ਅੱਜ ਦੀ ਹੈਗੀ ਹੈ 6 ਤੇ ਰੇਟ ਆ ਗਿਆ 15,850 15,850 ਆਈਟਮ ਨੰਬਰ 6 ਹੈ ਜੀ ਖਿਸਕ ਮੁੜਾ ਲਓ ਜੀ ਨੈਕਸਟ ਆਰਟੀਕਲ ਵੀ ਫੁੱਲ ਐਂਡ ਡਰੈਸ ਦਾ ਜੀ
डार्क पर्पल वाइन कलर की ड्रेस आएगी, ए कम जो थ्रेड का ज्यादा है, हैंडवर्क थोड़ा घट है, हैंडवर्क की ना आउटलाइनिंग मिलेगी, फैब्रिक प्योर चनोन है, ये भी स्लीव लग जाएंगे। आ स्टैप की लुक है, देखो ना वी नैक आएगा फ्रंट का, कंट्रास्ट ब्लू कलर के नाल हल्का जहा ग्रीन कलर का कॉम्बीनेशन है, पूरा थ्रेड का जाल मिलेगा योक से, हैंडवर्क की आउटलाइनिंग मिलेगी जी, प्योर चनोन के उपर ना वाइन कलर की ड्रैस है, इस तरह ही बेल्ट आएगी, तो बाजू जिन्ने मर्जी लवा लो कोई दिक्कत नहीं है, फुल कलिया ऑल ओवर स्कैटेड जाल है जी, आ देखो ना छोटी से वड्डी बूटी की फिनिशिंग मिलेगी सारी कलिया के, ब्यूटीफुल कलर कॉम्बीनेशन है जी, नाले जिग जैग स्टाइल च फ्लेयर मिडल च आएगा, और नीचे जिहड़ा है बॉर्डर के नाल जाल है जी, बॉर्डर विद बूटी तो फिर बॉर्डर फिर बूट बूटी वाला जाल आएगा, फुल फ्लेयर से विद कैन कैन वाली ड्रैस है जी, सिंगल पीस आर्टिकल है जी विद दुपट्टा, बैक आएगी थोड़ी डीप, अगर कवर करानी है बैक भी कवर करा सकते हैं, बैक से भी सेम वर्क है, तो बैक कलिया के भी तुम्हें सेम जाल से पूरे फ्लेयर से वर्क मिलेगा, आ लो थोड़ा दूर होकर दिखाने हैं, पीस बहुत सोहना है जी, आ लो प्रोपर पार्टी वेयर लुक की ड्रैस है विद दुपट्टा, दुपट्टा जिहड़ा है सेम कलर का नैट का दुपट्टा, चारे पासे सेम वर्क वाला बॉर्डर मिलेगा जी तुहानू, आ लो कहानी है जी, फुल लेंथ नारकली विद दुपट्टा, कलर आएगा वाइन, फैब्रिक जिहड़ा है प्योर चनोन, और कम जिहड़ा है थ्रेड प्लस हैंडवर्क होगा जी, आइटम नंबर हैगी अज की हैगी 7, रेट आ गया जी 20,460 आइटम नंबर 7 है जी अज की, लो जी नैक्सट आर्टिकल है जी लाचा ड्रैस दे विच, ए लाइट वेट और बहुत सोहनी मतलब पार्टी वेयर लुक दी लाचा ड्रैस है, स्ट्रेट शर्ट आएगी टमी कवर कट स्टाइल दे विच बनी हुई है, कम इहदे विच जरी दा और सारा मिरर दा होएगा, बॉटनेक है फ्रंट दा बाजू नाल लगे हुए ने, फुल बाजू ते जाल हैगा सेम वर्क दा, बाजू करी रहा जी थोड़ी जी अगे, आ दिखा दे स्लीव्स, फुल जाल मिलेगा सेम जरी एंड मिरर वर्क दा जी, बाजू के उपर लगे ने बॉटनेक है फ्रंट का, बॉर्डर मतलब योक से भी जाल है, तो सेंटर बॉर्डर आएगा पैनल का विद बेल्ट आएगी जी, सेंटर कट आ गया, ये उपर भी तुम्हें वर्क मिलेगा, और जो लहंगा है ना हल्की जी कैन कैन हैगी नीचे प्योर जॉर्जेट का, ऑल ओवर बूटी लहंगे से आएगी सारे, प्योर जॉर्जेट नीचे बॉर्डर की फिनिशिंग आएगी जी, कलर आएगा बॉर्डर ग्रीन, ये टम्मी कवर वाली चोली है जी, शॉर्ट शर्ट भी कह सकते हो, आ गए जी बैक, बैक से भी ऑल ओवर बूटी है, लुक हैवी है पर वेट नहीं है, रेट भी नहीं है जी, ब्यूटीफुल प्योर जॉर्जेट की ना मतलब शॉर्ट शर्ट के ना लहंगा विद दुपट्टा आएगा, आ गया दुपट्टा, चारे पासे बॉर्डर है ते हल्की हल्की बूटी आएगी जी, आ लो कहानी है जी, फुल लेंथ पिक्चर देखो शॉर्ट शर्ट के ना लहंगे की विद नैट दुपट्टा, कलर बॉर्डर ग्रीन है ते फैब्रिक प्योर जॉर्जेट है, आइटम नंबर आएगी 8, रेट आ गया जी 10,260 आइटम नंबर 8 है जी, लो जी नैक्सट आर्टिकल भी पेपलम के नाल लहंगा है जी, ब्यूटीफुल स्मोकिंग ग्रे, स्टील ग्रे स्मोकिंग ग्रे ना कॉम्बीनेशन है, नीचे जो बॉर्डर आएगा ब्लैक आएगा, आ देखो ना ये भी फुल कलिया के पेपलम है, प्योर चनोन की, फुल बाजू से जाल मिलेगा सारा पिटे और सिकवन का, इस तरह ही कट स्टाइल आएगा, बैल बाजू आने प्योर चनोन के, सेम उपर आ गया कलर स्टील मतलब कलर आ गया स्टील ग्रे, राउंड नैक आ गया, शोल्डर तो कलिया स्टार्ट हो जाएगी, हर कलिया के इस तरह ही लाइना के वर्क है जी, सीकुएंस एंड पिटे का नाल जो बॉर्डर है वह ब्लैक कलर का कंट्रास्ट है, पूरा जाल मिलेगा पेपलम के बॉर्डर से, ठीक है जी, ए आ गई पूरी शर्ट नाल आ गया लहंगा, लहंगा जिहड़ा हैगा वह भी टू टोन वाला है, इस तरह ही ग्रे दे नाल ना ब्लैक का कॉम्बीनेशन है, ये उपर ऑल ओवर जाल मिलेगा मतलब सीकुएंस एंड स्टोन का जाल है, नीचे सोलिड बॉर्डर मिलेगा सीकुएंस का कंट्रास्ट, ये भी पेपलम के नाल आएगी स्कर्ट, फ्रंट बैक दोनों बनी है, बैक भी बहुत सोहनी है, आ देखो ना बैक से एक कलर है इंग्लिश, और डिजाइनर के कंसैप्ट ने सारे जी, रॉयल लुक के कंसैप्ट ने, रिच लुक के कंसैप्ट ने जी, फुल हैवी लुक ते प्रॉपर पार्टीवेयर वाले कंसैप्ट तुहानू शो कर रहे हैं अज वीडियो दे विच, मतलब पेपलम दे नाल आएगा लहंगा, फैब्रिक प्योर चनोन है, कलर जिहड़ा हैगा जी ग्रे दे नाल ब्लैक दा कॉम्बीनेशन है, नाल दुपट्टा भी इस तरह शेडिंग दे विच आएगा, ब्लैक इंटू ग्रे दा कॉम्बीनेशन है दुपट्टे दा, दुपट्टा आएगा स्कैल्पिंग दे विच नैट दा, चारे पासे बॉर्डर विद ऑल ओवर बूटी आएगी जी दुपट्टे च, लो जी एक कम जिहड़ा हैगा लाइट गोल्ड अनमोल गोल्ड वर्क है जी सारा, लो जी ए आइटम नंबर हैगी अज दी 9, रेट आएगा जी 16,020 आइटम नंबर 9 है जी, लो जी नैक्सट आर्टिकल है जी लहंगा चोली दे विच, सुपर पैरट मेहंदी कलर आएगा जी, प्योर ऑर्गेंजा दे उपर प्योर जॉर्जेट दे उपर लहंगा जी, फुल हैवी ब्लाउज आएगा ऑल्टर नैक का, आ देखो बेस नजर नहीं आएगा, प्रॉपर सारा हैंडवर्क किया मिरर और सीकुएंस और लैदर दे विच सिलिया कंसैप्ट है, स्लीव्स अगर लवाने तो शोल्डर बना के स्लीव्स भी लवा देंगे, पूरा ब्लाउज आएगा टमी कवर नाल लहंगा आ गया गोटा पट्टी का, जिहड़ा काम है ना कच्चे गोटे दे विच सिलिया फुल कलिया दे विच गोटा वर्क आएगा विद मिरर वर्क दी ना फिनिशिंग होएगी हैंड दी, आ देखो
ਮੋਟਿਵ ਬਣੇ ਆ ਸਾਰੇ ਜਿਗ ਜੈਗ ਸਟਾਈਲ ਦੇ ਵਿੱਚ ਵਰਕ ਹੈ ਪੂਰਾ ਜਾਲ ਹੈਗਾ ਡਿਜ਼ਾਈਨਰ ਲਹਿੰਗੇ ਦੇ ਉੱਪਰ ਕੈਨ ਕੈਨ ਨਾਲ ਲੱਗੀ ਹੋਈ ਜੀ ਕਲਰ ਬਹੁਤ ਬਿਊਟੀਫੁਲ ਹੈ ਇਸ ਟਾਈਮ ਦਾ ਟ੍ਰੈਂਡੀ ਕਲਰ ਹੈਗਾ ਜੀ ਆਹ ਦੇਖੋ ਆ ਗਏ ਦੀ ਬੈਕ ਬੈਕਲੈਸ ਵਾਲਾ ਕਨਸੈਪਟ ਹੈ ਜੀ ਬੈਕ ਹੈ ਨਹੀਂ ਅਗਰ ਕਵਰ ਕਰਾਉਣੀ ਹੈ ਤਾਂ ਕਵਰ ਕਰਾ ਸਕਦੇ ਆ ਬੈਕ ਲੱਗ ਜੀ ਬੈਕ ਤੇ ਸਿਰਫ ਹਲਕਾ ਜਿਹਾ ਬਾਰਡਰ ਆਏਗਾ ਇਹ ਹੈਗਾ ਪ੍ਰੋਪਰ ਡਿਜ਼ਾਈਨਰ ਤੇ ਸੈਲੀਬ੍ਰਿਟੀ ਸਟਾਈਲ ਵਾਲੇ ਕਨਸੈਪਟ ਲੁੱਕ ਹੈਵੀ ਪਰ ਵੇਟ ਨਹੀਂ ਹੈ ਸਾਰਾ ਕੰਮ ਕੱਚੇ ਗੋਟਾ ਵਿਦ ਹੈਵੀ ਬਲਾਊਜ਼ ਆਏਗਾ ਫੈਬਰਿਕ ਜਿਹੜਾ ਆਏਗਾ ਪਿਓਰ ਜੋਰਜਟ ਹੈ ਆਲੂ ਕਹਾਣੀ ਹੈ ਜੀ ਸੁਪਰ ਜੀ ਸੁਪਰ ਡੁਪਰ ਨਾਲ ਦੁਪੱਟਾ ਆਏਗਾ ਨੈੱਟ ਦਾ ਅਲਟੀਮੇਟ ਕਲਰ ਹੈ ਜੀ ਨੰਬਰ ਵਨ ਜਾ ਰਿਹਾ ਜੀ ਕਲਰ ਪ੍ਰੋਪਰ ਗਰਲੀ ਸ਼ੋਟ ਡਿਜ਼ਾਈਨਰ ਲੁੱਕ ਹੈਵੀ ਹੈ ਵੇਟ ਨਹੀਂ ਹੈ ਪ੍ਰੋਪਰ ਪਾਰਟੀ ਵੇਅਰ ਲੁੱਕ ਦਾ ਲਹਿੰਗਾ ਚੋਲੀ ਹੈ ਜੀ ਇਹ ਫੈਬਰਿਕ ਪਿਓਰ ਜੋਰਜਟ ਹੈ ਕਲਰ ਆਏਗਾ ਪੈਰਟ ਮਹਿੰਦੀ ਆਈਟਮ ਨੰਬਰ ਹੈਗੀ ਹੈ 10 ਅਤੇ ਰੇਟ ਆ ਗਿਆ 21,360 21,360 ਆਈਟਮ ਨੰਬਰ 10 ਹੈ ਜੀ ਲਓ ਜੀ ਨੈਕਸਟ ਆਰਟੀਕਲ ਦੇਖਣਾ ਜੀ ਇਹ ਕਰੇਪ ਤੇ ਸਸਟੇਬਲ ਸਟਾਈਲ ਦਾ ਲਹਿੰਗਾ ਕਲਰ ਕੋਂਬੀਨੇਸ਼ਨ ਦੇਖੋ ਗਾਜਰੀ ਪਿੰਕ ਦੇ ਨਾਲ ਨਾ ਵਾਈਨ ਦਾ ਕੋਂਬੀਨੇਸ਼ਨ ਹੈ ਬੜੀ ਦੇਰ ਬਾਅਦ ਬਣ ਕੇ ਆਇਆ ਪੀਸ ਜੀ ਇਹ ਔਨ ਆਰਡਰ ਕਨਸੈਪਟ ਆਉਂਦੇ ਨੇ ਸਾਰੇ ਡਿਜ਼ਾਈਨਰ ਦੇ ਨਾ ਫੁੱਲ ਹੈਵੀ ਬਲਾਊਜ਼ ਹੈ ਡਿਜੀਟਲ ਪ੍ਰਿੰਟਿੰਗ ਵਾਲਾ ਵਿਦ ਹੈਂਡ ਵਰਕ ਜ਼ਰੀਏ ਅਨਗੋਟਾ ਪੱਟੀ ਦੀ ਆਊਟਲਾਈਨਿੰਗ ਹੋਏਗੀ ਬਾਜ਼ੂ ਖਾਸੀਅਤ ਡਿਜ਼ਾਈਨਰ ਦੀ ਹੈ ਕਿ ਸੇਮ ਬਾਜ਼ੂ ਵਰਕ ਵਾਲੇ ਤੇ ਸੇਮ ਪ੍ਰਿੰਟਿੰਗ ਵਾਲੇ ਬਾਜ਼ੂ ਆਉਂਦੇ ਨੇ ਟੰਮੀ ਕਵਰ ਬਲਾਊਜ਼ ਹੈ ਨਾਲ ਲਹਿੰਗਾ ਆ ਗਿਆ ਕੰਟਰਾਸਟ ਇਸ ਤਰ੍ਹਾਂ ਹੀ ਗਾਜਰੀ ਪਿੰਕ ਤੇ ਨਾਲੇ ਵਾਈਨ ਦਾ ਕੋਂਬੀਨੇਸ਼ਨ ਹੈਗਾ ਡਿਜੀਟਲ ਪ੍ਰਿੰਟਿੰਗ ਹੈਗੀ ਸਾਰੀ ਸੈਲਫ ਪ੍ਰਿੰਟਿੰਗ ਦੇ ਉੱਪਰ ਹੈਂਡ ਵਰਕ ਦੀ ਆਊਟਲਾਈਨਿੰਗ ਮਿਲੇਗੀ ਵਿਦ ਗੋਟਾ ਐਂਡ ਸਟੋਨ ਆ ਗਿਆ ਇਹਦਾ ਬਾਰਡਰ ਬਾਰਡਰ ਜਿਹੜਾ ਵਾਈਨ ਕਲਰ ਦਾ ਉੱਪਰ ਆ ਗਿਆ ਗਾਜਰੀ ਪਿੰਕ ਸ਼ੇਡਿੰਗ ਹੈ ਜੀ ਟੋਨਲ ਕੰਟਰਾਸਟ ਹੈਗਾ ਇਹ ਆ ਦੇਖੋ ਇਹ ਬਾਰਡਰ ਦੀ ਗ੍ਰੇਸ ਦੇਖਣਾ ਸਾਰਾ ਡਿਜੀਟਲ ਪ੍ਰਿੰਟਿੰਗ ਵਿਦ ਹੈਂਡ ਵਰਕ ਦੀ ਆਊਟਲਾਈਨਿੰਗ ਮਿਲੇਗੀ ਬੜਾ ਹੀ ਰਿਚ ਲੁੱਕ ਕਨਸੈਪਟ ਹੈ ਜੀ ਮੈਟ ਫਿਨਿਸ਼ ਲੁੱਕ ਦਾ ਇਹ ਲਹਿੰਗਾ ਚੋਲੀ ਹੈਗਾ ਪ੍ਰੋਪਰ ਡਿਜ਼ਾਈਨਰ ਔਰ ਡਿਫਰੈਂਟ ਆ ਗਈ ਇਹਦੀ ਬੈਕ ਬੈਕ ਫਰੰਟ ਦੋਨੋਂ ਬਣੀ ਹੈ ਬੈਕ ਦਾ ਡਿਜ਼ਾਈਨ ਦੇਖੋ ਚੋਲੀ ਦਾ ਸਟਿਚਿੰਗ ਆਰਟ ਹੈ ਸਾਰਾ ਬੈਕ ਤੇ ਲਟਕਣ ਆਣਗੇ ਪੂਰੇ ਡੋਰੀ ਤੇ ਦੇਖੋ ਸੇਮ ਵਰਕ ਵਾਲੇ ਸੁਪਰ ਹੈ ਜੀ ਸੁਪਰ ਲਓ ਜੀ ਲੁੱਕ ਦੇਖੋ ਪੀਸ ਦੀ ਫੁੱਲ ਪਿਕਚਰ ਦੇਖਣਾ ਜੀ ਆਹ ਲੁੱਕ ਆਉਣੀ ਹੈ ਅਗਰ ਹਲਕੇ ਨਾ ਇਹਦੇ 'ਚ ਕੈਨ ਕੈਨ ਥੋੜ੍ਹੀ ਜਿਹੀ ਘੱਟ ਲੱਗੀ ਹੈ ਅਗਰ ਆਪਾਂ ਕੈਨ ਕੈਨ ਲਗਵਾਉਣੀ ਹੈ ਨਾ ਪੂਰਾ ਫਲੇਅਰ ਬਣੇਗਾ ਆਹ ਲਓ ਡਿਜ਼ਾਈਨਰ ਦਾ ਦੁਪੱਟਾ ਵੀ ਦੇਖੋ ਓਡਨੀ ਸਟਾਈਲ ਦਾ ਦੁਪੱਟਾ ਜੀ ਪਿਓਰ ਕਰੇਪ ਦਾ ਨਾਲ ਇਸ ਤਰ੍ਹਾਂ ਨਾ ਡਬਲ ਦੁਪੱਟਾ ਆਉਂਦਾ ਦੇਖੋ ਨੀਚੇ ਵੀ ਇਹਦੇ ਫੈਬਰਿਕ ਲੱਗਾ ਹੁੰਦਾ ਇਹ ਡਬਲ ਦੁਪੱਟਾ ਹੈ ਲਓ ਜੀ ਚਾਰੇ ਪਾਸੇ ਬਾਰਡਰ ਵਿਦ ਪੱਲੇ ਜਾਲ ਹੈ ਜੀ ਸੈਂਟਰ 'ਤੇ ਵੀ ਜਾਲ ਮਿਲੇਗਾ ਆਹ ਲਓ ਇਹ ਕਲਰਫੁੱਲ ਹੈ ਪਰ ਇੰਗਲਿਸ਼ ਕਲਰ ਸਾਰੇ ਯੂਜ਼ ਕੀਤੇ ਨੇ ਜੀ ਆਹ ਲੁੱਕ ਆਉਣੀ ਜੀ ਟੂ ਪੀਸ ਲਹਿੰਗਾ ਚੋਲੀ ਸੱਤਿਆਪੁਲ ਸਟਾਈਲ ਹੈਗਾ ਜੀ ਇਹਦਾ ਅਤੇ ਬਿਊਟੀਫੁੱਲ ਆਰਟੀਕਲ ਹੈ ਕਲਰ ਆਏਗਾ ਗਾਜਰੀ ਪਿੰਕ ਐਂਡ ਵਾਈਨ ਆਈਟਮ ਨੰਬਰ ਹੈਗੀ ਹੈ 11 ਅਤੇ ਰੇਟ ਆ ਗਿਆ ਜੀ 29,080 29,080 ਆਈਟਮ ਨੰਬਰ 11 ਹੈ ਲੋ ਜੀ ਡਾਰਕ ਫਾਰਸਾ ਪਰਪਲ ਸੁਪਰ ਪ੍ਰੋਪਰ ਪਾਰਟੀ ਵੇਅਰ ਲੁੱਕ ਹੈਵੀ ਵਾਲਾ ਲਹਿੰਗਾ ਜੀ ਇਹ ਜਿਹੜੇ ਮਰਜ਼ੀ ਫੰਕਸ਼ਨ 'ਤੇ ਵੇਅਰ ਕਰ ਲਓ ਫੈਬਰਿਕ ਪਿਓਰ ਜੋਰਜਟ ਹੈ ਅਤੇ ਬਲਾਊਜ਼ ਦਾ ਡਿਜ਼ਾਈਨ ਦਿਖਾਉਂਦਾ ਮੈਂ ਤੁਹਾਨੂੰ ਪ੍ਰੋਪਰ ਡਿਜ਼ਾਈਨਰ ਦਾ ਸਟਿਚਿੰਗ ਆਰਟ ਹੈ ਇਸ ਤਰ੍ਹਾਂ ਬਾਜ਼ੂ ਆਣਗੇ ਜੀ ਐਲਬੋ ਤੱਕ ਸਲੀਵਸ ਆਣਗੇ ਵਿਦ ਹੈਂਗਿੰਗ ਆਣਗੇ ਬਾਜ਼ੂ 'ਤੇ ਪੂਰਾ ਜਾਲ ਬਣਿਆ ਕੁੰਦਨ ਐਂਡ ਸਟੋਨ ਦਾ ਫੁੱਲ ਹੈਵੀ ਵਰਕ ਹੈ ਪਰ ਸਟਿਚਿੰਗ ਆਰਟ ਦੇਖਣਾ ਬਲਾਊਜ਼ ਦਾ ਡਿਜ਼ਾਈਨਰ ਦਾ ਸਟਿਚਿੰਗ ਆ ਜੇ ਪੂਰਾ ਹੈਵੀ ਬਲਾਊਜ਼ ਹੈ ਸਾਈਡ ਤੋਂ ਇਸ ਤਰ੍ਹਾਂ ਸ਼ੋ ਹੋਏਗਾ ਅਗਰ ਆਪਾਂ ਕਵਰ ਕਰਨਾ ਕਵਰ ਕਰ ਸਕਦੇ ਹਾਂ ਠੀਕ ਹੈ ਜੀ ਇਹ ਤੁਹਾਡੀ ਲਾਈਕਿੰਗ ਹੈ ਨੀਚੇ ਬੀਟਸ ਦੀ ਫਿਨਿਸ਼ਿੰਗ ਮਿਲੇਗੀ ਸਟੋਨ ਦੀ ਫਿਨਿਸ਼ਿੰਗ ਲਟਕਣ ਦੀ ਪੂਰਾ ਹੈਵੀ ਬਲਾਊਜ਼ ਫਰੰਟ ਔਰ ਬੈਕ ਤੋਂ ਅਤੇ ਲਹਿੰਗਾ ਜਿਹੜਾ ਹੈਗਾ ਸੀਕਵੈਂਸ ਦਾ ਜਾਲ ਹੈ ਪਿਓਰ ਜੋਰਜਟ ਦਾ ਹੈਵੀ ਲੁੱਕ ਐਂਟੀਕ ਲੁੱਕ ਦਾ ਕਨਸੈਪਟ ਹੈ ਜੀ ਇਸ ਤਰ੍ਹਾਂ ਹੀ ਬਾਰਡਰ ਮਿਲੇਗਾ ਫੁੱਲ ਕਲੀਆਂ ਦੇ ਵਿੱਚ ਅਤੇ ਪੂਰਾ ਸਿੱਕ ਜਾਲ ਆਏਗਾ ਪ੍ਰੋਪਰ ਸੀਕਵੈਂਸ ਦਾ ਜਾਲ ਹੈ ਜੀ ਸਾਰਾ ਹੈਂਡ ਵਰਕ ਦੇ ਵਿੱਚ ਸਿਲਿਆ ਹੋਇਆ ਫੁੱਲ ਹੈਵੀ ਲੁੱਕ ਅਤੇ ਪਾਰਟੀ ਵੇਅਰ ਲੁੱਕ ਦਾ ਲਹਿੰਗਾ ਚੋਲੀ ਹੈ ਵਿਦ ਕੈਨ ਕੈਨ ਬੈਕ ਦਿਖਾਉਣਾ ਬੈਕ ਵੀ ਡਿਜ਼ਾਈਨਰ ਹੀ ਬਣੀ ਹੈ ਜੀ ਆਹ ਦੇਖੋ ਬੈਕ ਕਿੰਨੀ ਸੋਹਣੀ ਹੈ ਬੈਕ 'ਤੇ ਵੀ ਤੁਹਾਨੂੰ ਸੇਮ ਵਰਕ ਮਿਲੇਗਾ ਅਗਰ ਬੈਕ ਕਵਰ ਕਰਾਉਣੀ ਹੈ ਬੈਕ ਵੀ ਕਵਰ ਕਰਾ ਸਕਦੇ ਬੈਲਟ ਆਏਗੀ ਜੀ ਵੇਸ 'ਤੇ ਸੁਪਰ ਡੁਪਰ ਲਓ ਜੀ ਆਹ ਆਹ ਲੁੱਕ ਦੇਖਣਾ ਜੀ ਪਰਪਲ ਡਾਰਕ ਫਾਲਸਾ ਪਰਪਲ ਹੈ ਜੀ ਇਹ ਫੈਬਰਿਕ ਪਿਓਰ ਜੋਰਜਟ ਆਏਗਾ ਫੁੱਲ ਹੈਵੀ ਬਲਾਊਜ਼ ਵਿਦ ਸੀਕਵੈਂਸ ਜਾਲ ਦਾ ਲਹਿੰਗਾ ਨਾਲ ਦੁਪੱਟਾ ਜਿਹੜਾ ਆਏਗਾ ਕੰਟਰਾਸਟ ਹੈ ਜੀ ਪੀਚਿਸ਼ ਪਿੰਕ ਕਲਰ ਦਾ ਪਿਓਰ ਚਨੌਨ ਦਾ ਦੁਪੱਟਾ ਹੈ ਜੀ ਇਹਦੇ ਉੱਪਰ ਵੀ ਤੁਹਾਨੂੰ ਸੀਕਵੈਂਸ ਦਾ ਨਾ ਜਾਲ ਮਿਲੇਗਾ ਸਾਰਾ ਆਹ ਦੇਖੋ ਆਹ ਲੁੱਕ ਆਉਣੀ ਹੈ ਦੁਪੱਟੇ ਦੀ ਪਿਓਰ ਚਨੌਨ ਦਾ ਦੁਪੱਟਾ ਵਿਦ ਫਿਨਿਸ਼ਿੰਗ ਅਤੇ ਸੀਕਵੈਂਸ ਜਾਲ ਹੈ ਕੰਟਰਾਸਟ ਦੁਪੱਟਾ ਜੀ ਪਰਪਲ ਇੰਟੋ ਪੀਚ ਆਹ ਲੁੱਕ ਆਉਣੀ ਹੈ ਟੂ ਪੀਸ ਲਹਿੰਗਾ ਚੋਲੀ ਆਈਟਮ ਨੰਬਰ ਹੈਗੀ ਹੈ 12 ਅਤੇ ਰੇਟ ਆਏਗਾ ਜੀ 22,700 22,700 ਆਈਟਮ ਨੰਬਰ 12 ਹੈ ਜੀ ਬਲੈਕ ਇੰਟੂ ਗ੍ਰੇ ਗਰਲਿਸ਼ ਔਰ ਪਾਰਟੀ ਵੇਅਰ ਲਾਈਟ ਵੇਟ ਲਹਿੰਗਾ ਚੋਲੀ ਫੈਬਰਿਕ ਇਹਦਾ ਸਿਲ ਮਤਲਬ ਸਿਲਕ ਹੈਗਾ ਜਿਹੜਾ ਹੈਗਾ ਬਲਾਊਜ਼ ਦਾ ਅਤੇ ਕਰੇਪ ਦਾ ਹੈਗਾ ਲਹਿੰਗਾ ਹਲਕਾ ਹਾਈਲਾਈਟ ਹੈਗਾ ਬਲੈਕ ਕਲਰ ਦੀ ਚੋਲੀ ਹੈ ਬੈਲ ਬਾਜ਼ੂ ਆਉਣਗੇ ਮਿਰਰ ਵਰਕ ਦੇ ਵਿੱਚ ਆਹ ਦੇਖੋ ਬੈਲ ਸਲੀਵਸ ਬਣੇ ਫੁੱਲ ਸਲੀਵਸ ਨੇ ਪਰ ਹਲਕਾ ਥਰੈਡ ਔਰ ਮਿਰਰ ਦਾ ਕੰਮ ਹੈ ਸਰ ਮਤਲਬ ਲਾਈਟ ਵੇਟ ਹੈ ਡਿਜ਼ਾਈਨਰ ਹੈ ਡਿਫਰੈਂਟ ਗਰਲਿਸ਼ ਹਲਕਾ ਜਿਹਾ ਨੈਕ ਬਣਿਆ ਜੁਅਲਰੀ ਪੂਰਾ ਬਲਾਊਜ਼ ਬਣਿਆ ਹੈਵੀ ਟੰਮੀ ਕਲਰ ਦਾ ਨੀਚੇ ਪ੍ਰਿੰਟਡ ਬਾਰਡਰ ਆਏਗਾ ਵੇਸ 'ਤੇ ਨਾਲ ਲਹਿੰਗਾ ਆ ਗਿਆ ਟਾਈ ਐਂਡ ਡਾਈ ਬਲੈਕ ਐਂਡ ਵਾਈਟ ਨਾ ਮਤਲਬ ਬਲੈਕ ਐਂਡ ਗ੍ਰੇਸ਼ ਦਾ
कॉम्बीनेशन है हल्का हल्का ये उपर तुम मिरर वर्क मिलेगा जिथे फ्लावर बने ने उपर तुम हैंड वर्क मिलेगा जी सारा प्योर मतलब क्रेप जॉर्जेट का लहंगा है जी नाल हल्का हल्का हाईलाइट भी किया है कंट्रास्ट बॉर्डर मिलेगा प्रिंटेड नीचे हल्की जी कैनकन भी एड है ये गर्लिश और कैटलुक वाले कंसैप्ट ने जी आ गए जी बैक बैक देखो बैक भी सेम है मिरर वर्क विद प्रिंटेड बॉर्डर डोरी लटकन आएंगे जी ये प्रोपर सेलिब्रिटी स्टाइल वाले कंसैप्ट ने जी जेडे कहने ना कि थोड़ा लाइट वेट ड्रेस चाहिए है पार्टी वेयर लुक का लहंगा चोली चाहिए ये ओ वाले कंसैप्ट ने इंग्लिश कलर यूज किए ने सारे ब्लैक इंटू ग्रे का कॉम्बीनेशन है नाल दुपट्टा भी देंगे नैट का तुम्हें लाइट वेट प्रिंटेड बॉर्डर आएगा दुपट्टे दे विच आलो ब्लैक कलर का ही दुपट्टा जी इनू चाहे वन पीस बना लो चाहे टू पीस पा लो करो बेटा आइटम नंबर हैगी आज की है जी 13 नंबर आइटम है ते रेट आ गया 11,570 11,570 आइटम नंबर 13 है लो जी नेक्स्ट आर्टिकल है इंडो वेस्टर्न स्टाइल विदाउट दुपट्टा ये ड्रेप स्टाइल है मतलब नीचे जेडे लहंगा भी है जैकेट भी है ब्लाउज भी है ड्रेप नाल अटैच हैगी है ये मतलब थ्री पीस आएगा जी पूरा ब्लाउज हैवी दिखाना मैं तुम्हें पहले ना अड़ाओ के जो रोज सिल्क का ना लवेंडर कलर के उपर प्योर रोज सिल्क के उपर सारा मल्टी कलर वर्क है बीट्स एंड सिकवेंस का कलरफुल सिकवेंस लगी है सी ग्रीन ऑफ वाइट एंड पिंक कलर के कॉम्बीनेशन ने पूरा हैवी ब्लाउज है टमी कवर स्लीव लग जाएंगे आ गई जैकेट जैकेट जी नैट की है ये उपर भी तुम्हें ऑल ओवर वर्क मिलेगा देखो पूरा पैनल बनया बॉर्डर के नीचे तक बॉर्डर आएगा जैकेट के उपर आ देखो ना स्कैल्पिंग कटवर्क पूरा ज्वेलरी वर्क है सारा हैंड का बीट्स का सिकवेंस का ना लहंगा आ गया नीचे चनौन का चनौन के लहंगे के ना कैनकन लगी है ना ड्रेप अटैच हैगी है इंडो वेस्टर्न स्टाइल का कंसैप्ट है आ देखो ना ब्यूटीफुल लवेंडर कलर के उपर ना प्योर चनौन फैब्रिक विद नैट की जैकेट है पूरा सिल्क का ब्लाउज है भी प्रोपर गर्लिश शो डिजाइनर प्रोपर पार्टी वेयर लुक वाले कंसैप्ट ने जी कलरफुल एंड डिफरेंट इंग्लिश कलर कॉम्बीनेशन है जी यदा आलो आलो कहानी है जी वेस्टर्न लुक का कंसैप्ट है प्रोपर डिजाइनर फुल जैकेट हैगी विद ब्लाउज है भी नाल लहंगा कम ड्रेप है आइटम नंबर हैगी है 14 रेट आएगा 24,030 24,030 आइटम नंबर 14 है लो जी पीच कलर का लहंगा चोली सिंपल सोबर और एलीगेंट सेल्फ मैचिंग वाला कंसैप्ट है ब्लाउज टमी कवर आएगा प्रॉपर गर्लिश चिकनकारी का ब्लाउज है हल्का हल्का हैंडवर्क भी मिलेगा तो नाल चोकर दुपट्टा आएगा प्योर जॉर्जेट का टमी कवर ब्लाउज है प्योर जॉर्जेट विद चिकनकारी वर्क विद हैंडवर्क ना लहंगा जेड़ा ऑल ओवर बूटी है मतलब फ्लेयर वाला लहंगा आएगा फुल कलिया के विच स्कैटेड हैगी है स्कैटेड का ही जाल मिलेगा इस तरह लाइना के विच हल्का जहा बॉर्डर दिता नाल सेम सीकुएंस एंड थ्रेड का नाल पाइपिंग की फिनिशिंग आएगी हल्की जी कैनकन भी एड है ब्यूटीफुल पीच कलर है जी सारा सेल्फ मैचिंग वाला कंसैप्ट है बैक जी आएगी इस तरह बूटी है जी ऑल ओवर बैक से नाल चोकर दुपट्टा मिलेगा जॉर्जेट का यह लाइट वेट है मतलब जो मर्जी कट के पा लो डंप नहीं होंगे कलर बहुत सोहने ने पार्टी फंक्शन के पाए बहुत अच्छे लगते हैं क्योंकि ना वेट है ना रेट है आ लो ये टू पीस लहंगा चोले है जी अज की आइटम नंबर जी है जी अज की 15 तो कलर जो है पीच फैब्रिक प्योर जॉर्जेट है तो रेट आ गया 17,800 17,800 आइटम नंबर 15 है लो जी वाइन कलर का लहंगा चोली लाइट वेट नैक्सट यह भी सीकवेंस के बर्च है सारा काम ही सीकवेंस है यह भी टमी कवर ब्लाउज है फुल फुल लेंथ ब्लाउज आएगा फुल बाजू आन प्योर जॉर्जेट के विद सीकवेंस वर्क का बूटी बनी है तो बॉर्डर बने हुए हैं हल्के हल्के पूरा जाल आएगा फ्रंट और बैक चोली से लहंगा आएगा इस तरह जॉर्जेट के कलिया वाला ये उपर भी तुम्हें सीकवेंस वर्क मिलेगा विद बॉर्डर स्टाइल एंड बूटी तो जाल लाइना वाला जाल मिलेगा हल्की जी ये भी कैनकैन है अगर होर एड कराना चाहते कर सकते फुल फ्लेयर वाला लहंगा जी बैक और फ्रंट सेम बनी है दुपट्टा यदा फिनिशिंग से नैट का दुपट्टा तुम्हें सेम कलर का नाल देंगे वो उपर भी बॉर्डर मिलेगा तुम्हें ठीक है ना जी क्योंकि लुक हैवी है पर वेट नहीं है लाइट वेट भी है डिजाइनर भी है सिंपल सोबर और एलीगेंट है पार्टी वेयर लुक है कलर आएगा वाइन फैब्रिक प्योर जॉर्जेट है आइटम नंबर हैगी 16 रेट आ गया 14,240 14,240 आइटम नंबर 16 है जी लो जी स्टील डार्क चारकोल ग्रे ये भी टू पीस लहंगा चोली है एदा भी ब्लाउज पूरा हैवी है गर्लिश लुक का आ देखो ना सारा मतलब पूरा हैवी काम किया ज्वेलरी एंड सीकवेंस का स्टोन का वर्क है प्रोपर पूरा हैवी ब्लाउज मिलेगा ये भी बेस नहीं नजर आएगा बाजू नाल लग जाएंगे जिन्हें कहोगे इस तरह ही ब्लाउज की फ्रंट और बैक बनी है दोनों सिल्क का ब्लाउज है जॉर्जेट का लहंगा है बेल्ट से भी तुम्हें सेम वर्क है फुल सीकवेंस की मतलब लाइना आन गया पूरे ऑल ओवर लहंगे के मतलब कि जाल भी कह सकते हो तो लाइना के सारा ऑल ओवर वर्क है देखो ना स्मोकिंग ग्रे स्टील ग्रे चारकोल ग्रे यही इंग्लिश कलर बहुत चलते हैं पूरा प्योर जॉर्जेट के उपर सीकवेंस वर्क है सारा हैंड के ना सिले हुआ कंसैप्ट है नीचे बॉर्डर की फिनिशिंग मतलब फ्लेयर से ना सारी रियल मिरर की इस तरह फिनिशिंग आएगी बॉर्डर की
ਫੁੱਲ ਫਲੇਅਰ ਦਾ ਲਹਿੰਗਾ ਵਿਦ ਕੈਨ ਕੈਨ ਹੈਗੀ ਹੈ। ਬੈਕ ਵੀ ਤੁਹਾਨੂੰ ਸ਼ੋਅ ਕਰਦੇ ਆ, ਦੇਖੋ ਬੈਕ ਬਹੁਤ ਸੋਹਣੀ ਹੈ, ਇੰਗਲਿਸ਼ ਕਲਰ ਹੈ, ਬਹੁਤ ਸੋਹਣਾ, ਬੜਾ ਪਿਆਰਾ ਬੈਕ ਬਣੀ ਹੈ ਬਲਾਊਜ਼ ਦੀ। ਆਹ ਦੇਖੋ ਨਾ, ਪੂਰੀ ਬੈਕ ਤੇ ਵੀ ਸੇਮ ਵਰਕ ਹੈ, ਮਿਰਰ ਵਾਲੇ ਲਟਕਣ ਆਣਗੇ ਜੀ। ਆਹ ਲੋਕ ਕਹਾਣੀ ਹੈ ਜੀ, ਵਿਦ ਨੈਟ ਦੁਪੱਟਾ, ਲਓ ਜੀ ਆ ਗਿਆ ਦੁਪੱਟਾ। ਇਸ ਤਰ੍ਹਾਂ ਹੀ ਨਾ ਬੂਟੀ ਹੈ, ਦੁਪੱਟੇ ਚ ਪਾਈਪਿੰਗ ਆਏਗਾ ਪੱਲੇ ਪੱਲੇ ਨਾ, ਬੀਟਸ ਲੱਗੇ ਨੇ ਸਾਰੇ ਦੁਪੱਟੇ ਦੇ ਵਿੱਚ। ਅਲਟੀਮੇਟ ਆਰਟੀਕਲ ਹੈ ਜੀ, ਫੈਬਰਿਕ ਪਿਓਰ ਜੋਰਜੇਟ ਦਾ ਕਲਰ ਆਏਗਾ ਆਪਣਾ ਚਾਰਕੋਲ ਗ੍ਰੇ, ਪੂਰਾ ਹੈਵੀ ਬਲਾਊਜ਼ ਵਿਦ ਸੀਕੁਐਂਸ ਵਰਕ ਦਾ ਲਹਿੰਗਾ। ਆਈਟਮ ਨੰਬਰ ਹੈਗੀ 17, ਤੇ ਰੇਟ ਆ ਗਿਆ 23,140, 23,140, ਆਈਟਮ ਨੰਬਰ 17। ਲਓ ਜੀ, ਪਿਓਰ ਚਿਕਨਕਾਰੀ ਲਹਿੰਗਾ ਵਿਦ ਹੈਵੀ ਬਲਾਊਜ਼, ਸੁਪਰ। ਇਹ ਸਮਰ ਦੀ ਸਪੈਸ਼ਲ ਆਈਟਮਾਂ ਨੇ ਜੀ। ਬਿਊਟੀਫੁਲ ਡਸਟੀ ਪਿੰਕ ਕਲਰ ਦੇ ਉੱਪਰ ਹੈ ਫੈਬਰਿਕ ਪਿਓਰ ਜੋਰਜੇਟ ਹੈ ਇਹਦਾ ਵੀ। ਪੂਰਾ ਬਲਾਊਜ਼ ਦਾ ਸਟਾਈਲ ਦਿਖਾਉਣਾ ਮੈਂ ਤੁਹਾਨੂੰ, ਬੀਟਸ ਵਰਕ ਦਾ ਨਾ ਜਿਹੜਾ ਬਲਾਊਜ਼ ਬਣਿਆ, ਸਟੈਪ ਲੁੱਕ ਵਾਲਾ। ਅਗਰ ਸਲੀਵਸ ਕਹੋਗੇ ਸਲੀਵਸ ਲਵਾ ਦਾਂਗਾ। ਸਭੈ ਸਾਚੀ ਸਟਾਈਲ ਦਾ ਇਹਦਾ ਬਲਾਊਜ਼ ਦਾ ਸਟਿਚਿੰਗ ਆਰਟ ਹੈ, ਪੂਰਾ ਜਾਲ ਬਣਿਆ ਇਸ ਤਰ੍ਹਾਂ। ਦੇਖੋ ਹੈਂਡ ਵਰਕ ਦਾ ਨਾ, ਨੀਚੇ ਬੀਟਸ ਆਣਗੇ, ਫਿਨਿਸ਼ਿੰਗ ਆਏਗੀ ਜੀ। ਆਹ ਦੇਖੋ ਬਾਰਡਰ ਦੀ ਹੈਂਗਿੰਗ ਦੀ ਫਿਨਿਸ਼ਿੰਗ ਹੈਗੀ ਹੈ ਵਿਦ ਲਹਿੰਗਾ ਜਿਹੜਾ ਹੈਗਾ ਚਿਕਨਕਾਰੀ ਹੈ, ਬਾਜ਼ੂ ਨਾਲ ਆਏ ਨੇ। ਜਿੰਨੇ ਕਹੋਗੇ ਸਲੀਵਸ ਲੱਗ ਜਾਣਗੇ। ਪਿਓਰ ਚਿਕਨਕਾਰੀ ਥਰੈਡ ਦਾ ਲਹਿੰਗਾ ਵਿਦ ਮਿਰਰ ਵਰਕ ਐਂਡ ਸੀਕੁਐਂਸ ਵਰਕ, ਇਸ ਤਰ੍ਹਾਂ ਹੀ ਪੈਨਲ ਬਣੇ ਹੋਏ ਕਲੀਆਂ ਦੇ ਵਿੱਚ। ਆਹ ਦੇਖੋ ਨਾ, ਥਰੈਡ ਦਾ ਕੰਮ ਵੀ ਹੈ, ਮਿਰਰ ਦਾ ਵੀ ਹੈ। ਸਿੰਪਲ, ਸੋਬਰ, ਐਲੀਗੈਂਟ ਔਰ ਡਿਜ਼ਾਈਨਰ, ਪੂਰਾ ਬਰੋਡ ਬਾਰਡਰ ਵਿਦ ਕਲੀਆਂ ਦੇ ਵਿੱਚ ਮੋਟੀਫਾਉਣਗੇ ਜੀ। ਡਸਟੀ ਪਿੰਕ ਕਲਰ ਹੈ ਜੀ, ਸਾਰਾ ਥਰੈਡ ਵਰਕ ਦੇ ਵਿੱਚ ਸਿਲਿਆ ਹੋਇਆ ਕੰਸੈਪਟ ਹੈ ਜੀ। ਸਮਰ ਦੀ ਸਪੈਸ਼ਲ ਆਈਟਮਾਂ ਨੇ ਜੀ ਇਹ, ਇੱਕਦਮ ਕੂਲ ਕਲਰ ਮੈਚਿੰਗ ਹੈ ਜੀ, ਜਦੋਂ ਮਰਜ਼ੀ ਪਾ ਲਓ ਜੀ। ਆ ਲਓ, ਆ ਗਈ ਇਹਦੀ ਬੈਕ, ਬੈਕ 'ਤੇ ਵੀ ਸੇਮ ਹੈ, ਬਲਾਊਜ਼ ਹੈਵੀ ਹੈ। ਅਗਰ ਬੈਕ ਸੀ ਥਰੂ ਹੈ, ਅਗਰ ਕਵਰ ਕਰਾਉਣੀ ਹੈ ਕਵਰ ਵੀ ਕਰਾ ਸਕਦੇ ਹਾਂ। ਡੋਰੀ ਲਟਕਣ ਟਸਲਸ ਨਾਲ ਆਣਗੇ, ਬੈਕ ਤੋਂ ਓਪਨ ਹੋਏਗੀ, ਬੈਕ 'ਤੇ ਹੁੱਕ ਆਣਗੇ ਜੀ। ਲਓ ਜੀ, ਕਿਆ ਬਾਤ ਹੈ, ਕਰੋ ਦੁਪੱਟਾ ਅੱਗੇ ਬੇਟਾ, ਬਿਊਟੀਫੁਲ, ਪੂਰਾ ਹੈਵੀ ਬਲਾਊਜ਼ ਵਿਦ ਚਿਕਨਕਾਰੀ ਲਹਿੰਗਾ, ਨਾਲ ਦੁਪੱਟਾ ਆਏਗਾ ਨੈਟ ਦਾ। ਫੋਰ ਸਾਈਡ ਤੁਹਾਨੂੰ ਫਿਨਿਸ਼ਿੰਗ ਮਿਲੇਗੀ ਬਾਰਡਰ ਦੀ, ਅਤੇ ਆਲ ਓਵਰ ਬੂਟੀ ਹੈ। ਇਹ ਕੰਸੈਪਟ ਜਿਹੜੇ ਨਾ ਜੀ, ਇੰਗਲਿਸ਼ ਨੇ, ਕੈਟਲੁੱਕ ਵਾਲੇ ਕੰਸੈਪਟ ਨੇ ਸਾਰੇ। ਕਲਰ ਡਸਟੀ ਪਿੰਕ ਹੈ, ਪਿਓਰ ਜੋਰਜੇਟ ਫੈਬਰਿਕ ਹੈ। ਆਈਟਮ ਨੰਬਰ 18 ਹੈ, ਅਤੇ ਰੇਟ ਆ ਗਏ ਜੀ 25,640, 25,640, ਆਈਟਮ ਨੰਬਰ 18 ਹੈ। ਲਿਆ ਇਹ ਨਾਲ ਅਟੈਚ ਹੀ ਹੈ ਬੇਟੇ, ਡਰੇਪ ਦਿਖਾ ਦੇ। ਲਓ ਜੀ, ਵੈਸਟਰਨ ਲੁੱਕ ਦਾ ਕਰੋਪ ਟੋਪ ਆ ਗਿਆ ਜੀ। ਕਲਰ ਆਏਗਾ ਜੈੱਟ ਬਲੈਕ, ਨਾਲ ਜਿਹੜੀ ਡਰੇਪ ਹੈ ਇਹਦੇ ਅਟੈਚ ਹੋਏਗੀ ਟੋਪ ਦੇ ਨਾਲ, ਲਹਿੰਗੇ ਦੇ ਨਾਲ। ਆ ਪਿਓਰ ਲਾਈਕਰਾ ਇੰਪੋਰਟਡ ਫੈਬਰਿਕ ਦਾ ਨਾ, ਇਹਦੀ ਸਕਰਟ ਹੈਗੀ ਪਲੇਨ, ਪਰ ਬਲਾਊਜ਼ ਜਿਹੜਾ ਹੈਵੀ ਹੈ। ਜੈੱਟ ਬਲੈਕ ਦੇ ਉੱਪਰ ਨਾ ਸਾਰਾ ਹੈਂਡ ਵਰਕ ਕੀਤਾ ਬਲਾਊਜ਼ 'ਤੇ, ਟੰਮੀ ਕਵਰ ਬਲਾਊਜ਼ ਆਏਗਾ, ਸਾਰਾ ਕੱਟ ਦਾਣੇ ਦੇ ਵਿੱਚ ਸਿਲਿਆ ਹੋਇਆ। ਦੇਖੋ ਪੂਰਾ ਹੈਵੀ ਬਲਾਊਜ਼ ਹੈ, ਬਾਜ਼ੂ ਨਾਲ ਲੱਗ ਜਾਣਗੇ ਜਿਹਨੇ ਕੋਲ। ਹਾਈ ਨੈਕ ਵਾਲਾ ਕੰਸੈਪਟ ਹੈ, ਪੂਰੀ ਫਰੰਟ ਔਰ ਬੈਕ ਦੋਨੋਂ ਬਣੀ ਹੈ ਜੀ। ਨਾਲ ਲਹਿੰਗੇ ਦੀ ਨਾ ਬੈਲਟ ਆਏਗੀ, ਜਿਹੜੀ ਨਾ ਇੰਪੋਰਟਡ ਫੈਬਰਿਕ ਦਾ ਲਹਿੰਗਾ ਆਏਗਾ, ਬੈਲਟ ਬਣੀ ਹੈ ਕੱਟ ਦਾਣੇ ਦੀ। ਡਰੇਪ ਜਿਹੜੀ ਹੈ ਲਹਿੰਗੇ ਨਾਲ ਇੱਥੋਂ ਅਟੈਚ ਹੋਏਗੀ, ਇਹ ਸ਼ੋਲਡਰ 'ਤੇ ਆਏਗੀ। ਬਾਹਰ ਕੱਢ ਕੇ ਨਾ ਬੇਟਾ, ਸ਼ੋਲਡਰ 'ਤੇ ਕਰਕੇ ਦਿਖਾ ਦੇ। ਹਲੋ, ਬਾਹਰ ਕੱਢ ਲੈ, ਹਾਂ ਇੱਥੇ ਸ਼ੋਲਡਰ 'ਤੇ ਰੱਖ ਦੇ, ਬਸ ਇੱਦਾਂ ਹੈਗੀ ਜੀ। ਹਲੋ, ਆਹ ਸਟਾਈਲ ਹੈ ਜੀ ਇਹਦਾ, ਡਰੇਪ ਸਟਾਈਲ, ਵੈਸਟਰਨ ਲੁੱਕ ਦਾ ਕੰਸੈਪਟ ਹੈ। ਲਾਈਟ ਵੇਟ ਔਰ ਡਿਜ਼ਾਈਨਰ, ਪੂਰਾ ਹੈਵੀ ਬਲਾਊਜ਼, ਲਹਿੰਗਾ ਪਲੇਨ ਹੈ ਜੀ। ਨਾਲ ਡਰੇਪ ਜਿਹੜੀ ਅਟੈਚ ਹੈਗੀ ਨੈਟ ਦੀ ਹਲਕੀ ਜੀ ਨਾ, ਪ੍ਰੋਪਰ ਗਰਲਿਸ਼ ਔਰ ਡਿਜ਼ਾਈਨਰ, ਸਿੰਪਲ, ਸੋਬਰ, ਐਲੀਗੈਂਟ, ਕੋਈ ਹੋਚ ਪੋਚ ਨਹੀਂ ਹੈ, ਕੋਈ ਮਤਲਬ ਤੜਕ ਭੜਕ ਨਹੀਂ ਹੈ, ਸਿੰਗਲ ਮੈਚਿੰਗ ਦੇ ਵਿੱਚ ਬਣਿਆ ਕੰਸੈਪਟ ਹੈ ਜੀ। ਆਹ ਆਹ ਲੁੱਕ ਆਣੀ ਹੈ ਜੀ, ਟੂ ਪੀਸ ਕਰੋਪ ਟੋਪ ਵਿਦ ਡਰੇਪ, ਕਲਰ ਆਏਗਾ ਜੈੱਟ ਬਲੈਕ, ਅਤੇ ਕੰਮ ਜਿਹੜਾ ਹੈਂਡ ਦਾ ਹੈਗਾ ਜੀ। ਆਈਟਮ ਨੰਬਰ ਹੈਗੀ ਹੈ 19, ਅਤੇ ਰੇਟ ਆ ਗਿਆ 17,790, 17,790, ਆਈਟਮ ਨੰਬਰ 19 ਹੈ ਜੀ। ਲਓ ਜੀ, ਸਾਡੀ ਲਾਸਟ ਆਈਟਮ ਡੰਮੀ 'ਤੇ ਹੈ, ਸੱਤੇਪੁਲ ਸਟਾਈਲ ਦਾ ਨਾ ਸਕਾਈ ਬਲੂ ਕਲਰ ਦਾ ਲਹਿੰਗਾ ਚੋਲੀ ਹੈ, ਪਰ ਕਲਰਫੁੱਲ ਹੈ। ਜਿੱਦਾਂ ਕਿ ਅੱਜ ਕੱਲ੍ਹ ਕਲਰਫੁੱਲ ਟ੍ਰੈਂਡ ਹੈ ਨਾ, ਮਲਟੀ ਕਲਰ ਚਾਹੀਦਾ ਹੈ, ਪਰ ਸੋਬਰ ਹੋਵੇ, ਜੈਂਟਲੀ ਹੋਵੇ, ਹਲਦੀ, ਮਹਿੰਦੀ, ਜਾਗੋ 'ਤੇ ਪਾਉਣ ਲਈ, ਰਿਸੈਪਸ਼ਨ, ਸਗਨ, ਜਿੱਥੇ ਮਰਜ਼ੀ ਪਾਓ ਜੀ। ਇਹ ਇੱਦਾਂ ਦੇ ਲਹਿੰਗੇ ਨੇ, ਫੈਬਰਿਕ ਪਿਓਰ ਕਰੇਪ ਹੈ। ਪਹਿਲੇ ਤੁਹਾਨੂੰ ਚੋਲੀ ਦਿਖਾਉਣਾ, ਇਹਦੇ ਡਿਜ਼ਾਈਨਰ ਦਾ ਸਟਿਚਿੰਗ ਆਰਟ ਜਿਹੜਾ ਹੈ ਨਾ, ਡਿਜੀਟਲ ਪ੍ਰਿੰਟਿੰਗ ਨਾਲ ਵਿਦ ਹੈਂਡ ਵਰਕ, ਅਤੇ ਹੈਂਡ ਵਰਕ ਦੀ ਆਊਟ ਰਾਈਡਿੰਗ ਹੈ, ਪ੍ਰੋਪਰ ਸਟਿਚਿੰਗ ਆਰਟ ਆਏਗਾ। ਸਕਾਈ ਬਲੂ ਦੇ ਨਾਲ ਨਾ ਮਜੈਂਟਾ ਪਿੰਕ ਕਲਰ ਦਾ ਕੋਂਬੀਨੇਸ਼ਨ ਹੈ। ਇਸ ਤਰ੍ਹਾਂ ਹੀ ਸ਼ੋਲਡਰ ਤੋਂ ਲੈ ਕੇ ਪੂਰੇ ਬਾਜ਼ੂ ਆਣਗੇ, ਦੇਖੋ ਨਾ ਬਾਜ਼ੂ ਲੱਗੇ ਨੇ, ਨਾਲ ਬਾਜ਼ੂ 'ਤੇ ਵੀ ਬਾਰਡਰ ਬਣਿਆ, ਹਾਈਲਾਈਟ ਵੀ ਕੀਤਾ ਹੈਂਡ ਵਰਕ ਦੇ ਨਾਲ, ਫੁੱਲ ਪ੍ਰਿੰਟਿੰਗ ਹੈਗੀ ਡਿਜੀਟਲ ਦੀ। ਇਹਦੇ ਨਾਲ ਦੁਪੱਟਾ ਆਏਗਾ ਨੈੱਟ ਦਾ, ਹਲਕੀ ਹਲਕੀ ਬੂਟੀ ਆਏਗੀ ਦੁਪੱਟੇ ਸਟੋਨ ਦੀ, ਚਾਰੇ ਪਾਸੇ ਸਕੈਲਪਿੰਗ ਬਾਰਡਰ ਵਧਿਆ, ਪ੍ਰਿੰਟਡ ਬਾਰਡਰ ਆਏਗਾ। ਆ ਗਈ ਇਹਦੀ ਬੈਕ, ਬੈਕ ਆ ਗਈ, ਬੈਕ ਵੀ ਸੇਮ ਬਣੀ ਹੈ ਜੀ। ਆਹ ਦੇਖੋ ਆਏਗੀ ਇਹਦੀ ਬੈਕ, ਬੈਕ ਵੀ ਚੋਲੀ ਬਹੁਤ ਸੋਹਣੀ ਬਣੀ ਹੈ, ਡੀਪ ਹੈ, ਪਰ ਬੈਕ 'ਤੇ ਵੀ ਵਰਕ ਆਏਗਾ। ਅਲਟੀਮੇਟ ਆਰਟੀਕਲ ਹੈ ਜੀ, ਡਿਜ਼ਾਈਨਰ ਦੇ ਕੰਸੈਪਟ ਨੇ, ਲਾਈਟ ਵੇਟ ਔਰ ਡਿਜ਼ਾਈਨਰ। ਆ ਗਿਆ ਇਹਦਾ ਲਹਿੰਗਾ, ਲਹਿੰਗੇ 'ਤੇ ਤੁਹਾਨੂੰ ਹੈਂਗਿੰਗ ਮਿਲਣਗੇ, ਸੇਮ ਫੈਬਰਿਕ ਵਾਲੇ, ਸੇਮ ਵਰਕ ਵਾਲੇ ਹੈਂਗਿੰਗ ਹੋਣਗੇ। ਆ ਇਹਦੇ ਨਾ ਕਲੀਆਂ ਸਟਾਰਟ ਹੋ ਜਾਣਗੀ ਵੇਸਟ ਤੋਂ, ਫੁੱਲ ਕਲੀਆਂ, ਡਿਜੀਟਲ ਪ੍ਰਿੰਟਿੰਗ ਵਿਦ ਫੁੱਲ ਫਲੇਅਰ ਵਿਦ ਕੈਨ ਕੈਨ, ਪ੍ਰੋਪਰ ਡਿਜ਼ਾਈਨਰ ਐਂਡ ਡਿਫਰੈਂਟ ਕਲਰ ਮੈਚਿੰਗ। ਦੇਖੋ ਜੀ, ਗੱਲਬਾਤ ਹੈਗੀ ਜੀ, ਜਿੱਥੇ ਪਾਇਆ ਹੋਏਗਾ ਮਸਤ ਲੱਗੇਗਾ। ਹਲੋ, ਫੁੱਲ ਡੰਮੀ 'ਤੇ ਲੁੱਕ ਦੇਖੋ, ਇਹ ਸਾਡੀ ਅੱਜ ਦੀ ਲਾਸਟ ਆਈਟਮ ਹੈ, ਪ੍ਰੋਪਰ ਪਾਰਟੀ ਵੇਅਰ ਲਹਿੰਗਾ ਚੋਲੀ, ਟੂ ਪੀਸ, ਪਰ ਸਟਾਈਲ ਜਿਹੜਾ, ਕੰਸੈਪਟ ਜਿਹੜਾ ਸਿਮਲਰ ਹੈਗਾ, ਸੱਤਿਆ ਪੋਲ ਸਟਾਈਲ ਦੀ ਪ੍ਰਿੰਟਿੰਗ ਆਉਂਦੀ ਨਾ ਇਹਦੇ, ਉਹਦੇ ਉੱਪਰ ਬਣੇ ਕੰਸੈਪਟ ਨੇ, ਫੈਬਰਿਕ ਬਹੁਤ ਫਾਈਨ ਹੈ। ਆਹ ਲਓ, ਇਹ ਸਾਡੀ ਅੱਜ ਦੀ ਲਾਸਟ ਆਈਟਮ ਹੈ ਜੀ,
आइटम नंबर है 20, आ लो ये आइटम नंबर 20, रेट आएगा 45,180 45,180, आइटम नंबर भी है जी। लो जी अज दे लई इन्ना ही, वीडियो नूं वध तों वध शेयर करो, लाइक करो, ते जिहड़ा भी तुसीं इहदे चों आर्टिकल पसंद कीता ना स्क्रीनशॉट नाल नाल ले लिओ ना, थोड़ा टाइम घट है क्योंकि नैक्सट वीडियो सूटां दी भी लाइव आउण वाले ने, ते तां करके थोड़ा जिहा काली कर रहे हां। आ साडे वट्सएप नंबर नोट कर लो, ठीक है जी, फटाफट स्क्रीनशॉट भेजो, कॉल करो, मैसेज करो, ते अपना आर्टिकल बुक कराओ, ठीक है जी। आ लो अज दे लई इन्ना ही, कल फिर मिलांगे नवे आर्टिकल नवे डिजाइन लैके, तब तक दे लिए सब नूं प्यार भरी सत श्री अकाल, ओके बाय, टेक केयर जी।